ਸਤਿ ਸ਼੍ਰੀ ਅਕਾਲ ਜੀ, ਸਟਾਰ ਕੈਨੇਡਾ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਜਸਪ੍ਰੀਤ ਸਿੰਘ ਅਸ਼ਕ ਤੇ ਲੈ ਕੇ ਹਾਜ਼ਰ ਹਾਂ ਮੁੱਦੇ ਦੀ ਗੱਲ। ਮੁੱਦੇ ਦੀ ਗੱਲ ਸ਼ੋਅ ਦੇ ਵਿੱਚ ਅੱਜ ਦਾ ਜਿਹੜਾ ਮੁੱਦਾ ਹੈ ਉਹ ਹੈ ਪੰਜਾਬੀ ਸਿੰਗਰਾਂ ਨੂੰ ਲੈ ਕੇ, ਕਿਉਂਕਿ ਪੰਜਾਬੀ ਸਿੰਗਰਾਂ ਦੀ ਕੈਨੇਡਾ ਦੇ ਵਿੱਚ ਜਿਹੜੀਆਂ ਕਾਫੀ ਸਾਰੀਆਂ ਘਟਨਾਵਾਂ ਸਾਹਮਣੇ ਆਈਆਂ ਨੇ, ਉਹਨਾਂ ਨਾਲ ਹੱਥਾਪਾਈ ਹੋਣ ਦੀ ਗੱਲ ਆਉਂਦੀ ਹੈ, ਕਦੇ ਉਹਨਾਂ ਨੂੰ ਰੋਕਿਆ ਜਾਂਦਾ ਆ ਸਟੇਜ ਸ਼ੋਅ ਕਰਨ ਤੋਂ, ਕਦੇ ਮਿਸਬਿਹੇਵ ਹੁੰਦਾ ਅਤੇ ਇੱਥੋਂ ਤੱਕ ਕਦੇ ਉਹਨਾਂ 'ਤੇ ਅਟੈਕ ਵੀ ਹੁੰਦਾ ਆ। ਪਿਛਲੇ ਦਿਨਾਂ 'ਤੇ ਜੇ ਨਜ਼ਰ ਮਾਰੀਏ ਵੱਖ ਵੱਖ ਸਿੰਗਰਾਂ ਵੱਖ ਵੱਖ ਸਟਾਰਸ ਦੇ ਉੱਤੇ ਇਹ ਘਟਨਾਵਾਂ ਵਾਪਰੀਆਂ ਨੇ, ਜ਼ਿਆਦਾਤਰ ਕੈਨੇਡਾ ਦੇ ਵਿੱਚ ਘਟਨਾਵਾਂ ਵਾਪਰੀਆਂ ਨੇ, ਹਾਲਾਂਕਿ ਕੌਰਵੀ ਦੇ ਨਾਲ ਇੱਕ ਘਟਨਾ ਵਾਪਰੀ ਸੀ ਆਸਟ੍ਰੇਲੀਆ ਦੀ ਸੀ। ਕਿਤੇ ਨਾ ਕਿਤੇ ਇਹਨਾਂ ਸਿੰਗਰ ਇਹਨਾਂ ਸਟਾਰਾਂ ਨਾਲ ਮਿਸਬਿਹੇਵ ਹੋ ਜਾਂਦਾ, ਕਦੇ ਲੋਕ ਜਾਂ ਆਮ ਜਨਤਾ ਇੰਨੀ ਭੜਕੀ ਹੁੰਦੀ ਆ ਕਿ ਇਹਨਾਂ 'ਤੇ ਹਮਲਾ ਵੀ ਕਰ ਦਿੰਦੀ ਆ। ਅਸਲ 'ਚ ਕਸੂਰ ਹੈ ਕੀ, ਇਸ ਨੂੰ ਲੈ ਕੇ ਅਸੀਂ ਗੱਲ ਕਰਾਂਗੇ। ਅੱਜ ਹਮੇਸ਼ਾ ਤਰ੍ਹਾਂ ਮੇਰਾ ਸਾਥ ਦੇ ਰਹੇ ਨੇ ਨਰਦੇਵ ਸਿੰਘ ਆਕੜੀ ਜੀ, ਜੋ ਕਿ ਸਾਡੇ ਬਿਊਰੋ ਚੀਫ ਨੇ। ਸਭ ਤੋਂ ਪਹਿਲਾਂ ਨਾਲ ਵੈਲਕਮ ਕਰੀਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦਾ ਮੁੱਦਾ ਜਿਹੜਾ ਗੰਭੀਰ ਮੁੱਦਾ ਆ, ਕਿਉਂਕਿ ਪੰਜਾਬੀ ਸਿੰਗਰਾਂ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ, ਖਾਸ ਕਰਕੇ ਜਿਹੜੇ ਨਵੇਂ ਨਿਊ ਕਮਰ ਜਿਹੜੇ ਸਿੰਗਰ ਨੇ ਜਾਂ ਯੰਗਸਟਰ ਨੇ, ਅਸੀਂ ਉਹਨਾਂ ਦੀ ਗੱਲ ਕਰਦੇ ਹਾਂ। ਬਹੁਤ ਸਾਰੇ ਐਸੇ ਸਿੰਗਰ ਵੀ ਨੇ ਜਿਨ੍ਹਾਂ ਨੂੰ ਪਰਿਵਾਰ ਦੇ ਪਰਿਵਾਰ ਸੁਣਨ ਜਾਂਦੇ ਨੇ, ਪਰ ਬਹੁਤ ਸਾਰੇ ਹੁਣ ਐਸੇ ਸਿੰਗਰ ਨੇ ਜਿਨ੍ਹਾਂ ਉੱਤੇ ਅਟੈਕ ਹੋ ਰਹੇ ਨੇ, ਹਮਲੇ ਹੋ ਰਹੇ ਆ, ਮਿਸਬਿਹੇਵ ਹੋ ਰਿਹਾ, ਜਾਂ ਉਹਨਾਂ ਨੂੰ ਨਫ਼ਰਤ ਕੀਤੀ ਜਾਂਦੀ ਆ, ਜਿਹੜੇ ਕਿ ਆਪਣੇ ਗਾਣਿਆਂ ਦੇ ਵਿੱਚ ਹਥਿਆਰਾਂ ਨੂੰ ਪ੍ਰਮੋਟ ਕਰਦੇ ਨੇ, ਨਸ਼ੇ ਨੂੰ ਪ੍ਰਮੋਟ ਕਰਦੇ ਨੇ, ਜਾਂ ਗੈਂਗਵਾਰ ਨੂੰ ਪ੍ਰਮੋਟ ਕਰਦੇ ਨੇ। ਸੋ ਇਸ ਮੁੱਦੇ ਨੂੰ ਲੈ ਕੇ ਅਸੀਂ ਗੱਲ ਕਰਨ ਜਾ ਰਹੇ। ਆਕੜੀ ਸਾਹਿਬ, ਮੈਂ ਜਿਵੇਂ ਪਹਿਲਾਂ ਦੱਸਿਆ ਵੀ ਬਹੁਤ ਸਾਰੇ ਵੱਖ ਵੱਖ ਸਿੰਗਰ ਜਾਂ ਸਟਾਰਾਂ ਉੱਤੇ ਹਮਲੇ ਹੋ ਰਹੇ ਨੇ, ਵਿਦੇਸ਼ਾਂ ਵਿੱਚ ਹੀ ਜਿਹੜਾ ਇਹਨਾਂ ਨਾਲ ਇਹ ਮਿਸਬਿਹੇਵ ਕਿਉਂ ਹੋ ਰਿਹਾ, ਇੱਥੇ ਜਿਹੜਾ ਆ ਇਹਨਾਂ ਨੂੰ ਕਿਉਂ ਜਿਹੜਾ ਸੇਫ ਰੱਖਿਆ ਜਾਂਦਾ, ਸੇਫ ਸਾਈਡ ਰੱਖਿਆ ਜਾਂਦਾ? ਅਸਲ ਜਸਪ੍ਰੀਤ ਜੀ, ਗੱਲ ਇਹ ਹੈ ਕਿ ਜਿਹੜੇ ਆਪਣੇ ਆਪ ਨੂੰ ਸਟਾਰ ਪੌਪ ਸਿੰਗਰ ਜਾਂ ਸਟਾਰ ਸਿੰਗਰ ਕਹਾਉਣ ਲੱਗ ਗਏ ਲੋਕ ਜੀ, ਇਹਨਾਂ ਨੂੰ ਮੈਂ ਸਮਝਦਾ ਕਿ ਪੰਜਾਬੀ ਦੀ ਕਹਾਵਤ ਹੈ ਕਿ ਬੰਦਾ ਜਦੋਂ ਧਰਤੀ ਛੱਡ ਕੇ ਜਾ ਅਸਮਾਨ ਵੱਲ ਉੱਡਦਾ, ਮੁੜ ਕੇ ਉਹਨੂੰ ਧਰਤੀ ਦੇਖਣੀ ਪੈਂਦੀ ਹੈ ਜੀ। ਅਤੇ ਇੱਦਾਂ ਦੇ ਹਾਲਾਤ ਇਹਨਾਂ ਦੇ ਹੈ, ਕਿਸੇ ਦਾ ਗਾਣਾ ਹਿੱਟ ਹੋ ਗਿਆ, ਲੋਕਾਂ ਨੇ ਉਹਨੂੰ ਲਾਈਕ ਕਰ ਲਿਆ, ਉਹਨਾਂ ਦੇ ਵਿਊਵਰ ਐਡੇ ਵੱਡੇ ਰਾਤੋਂ ਰਾਤ ਬਣ ਜਾਂਦੇ ਹੈ, ਕੁਦਰਤੀ ਤੌਰ 'ਤੇ ਉਹਨਾਂ ਦਾ ਮਜਾਜ ਅਤੇ ਨਿਜ਼ਾਮ ਉੱਚਾ ਹੋ ਜਾਂਦਾ। ਅਤੇ ਜਿਵੇਂ ਤੁਸੀਂ ਗੱਲ ਕਹਿੰਦੇ ਹੋ ਕਿ ਵਿਦੇਸ਼ਾਂ ਦੇ ਵਿੱਚ ਪੰਜਾਬੀ ਸਿੰਗਰਾਂ 'ਤੇ ਜਾਂ ਪੌਪ ਸਿੰਗਰਾਂ 'ਤੇ, ਗੀਤਕਾਰਾਂ 'ਤੇ ਜਾਂ ਫਿਲਮੀ ਉਦਯੋਗ ਨਾਲ ਸੰਬੰਧਿਤ ਹਸਤੀਆਂ 'ਤੇ ਹਮਲੇ ਹੁੰਦੇ ਹੈ, ਇਹ ਹਮਲਿਆਂ ਦੇ ਪਿਛੋਕੜ 'ਚ ਜੇ ਆਪਾਂ ਝਾਤ ਮਾਰੀਏ, ਇਹ ਇਹਨਾਂ ਦੇ ਵੱਲ ਜੇ ਸਹੀ ਮਾਇਨੇ 'ਚ ਦੇਖਿਆ ਜਾਏ, ਕਿਸੇ ਨਾ ਕਿਸੇ ਰੂਪ 'ਚ ਇਹਨਾਂ ਦੀ ਆਪਣੀ ਵੀ ਕਾਰਜਸ਼ੈਲੀ ਇੱਦਾਂ ਦੀ ਹੁੰਦੀ ਹੈ ਕਿ ਕੋਈ ਨਾ ਕੋਈ ਬੰਦਾ ਪ੍ਰਵੋਕ ਹੋ ਕੇ ਜਾਂ ਉਤੇਜਿਤ ਹੋ ਕੇ, ਜਾਂ ਇਹ ਲਾ ਲਓ ਕਿ ਇਹਨਾਂ ਵੱਲੋਂ ਕਿਤੇ ਹਰਟ ਭਰੇ ਸ਼ਬਦਾਂ ਦਾ ਵਰਤਾਰਾ ਜੋ ਇਹ ਸਟੇਜਾਂ ਤੋਂ ਮੰਚ ਤੋਂ ਬੋਲਦੇ ਹੈ, ਉਹਦੇ ਕਰਕੇ ਕਈ ਵਾਰ ਇੱਦਾਂ ਦਾ ਇੱਕ ਭਾਈਚਾਰੇ 'ਚ, ਇੱਕ ਫਿਰਕੇ 'ਚ, ਇੱਕ ਮਜ਼ਹਬ ਦੇ ਵਿੱਚ ਕਿਸੇ ਨਾ ਕਿਸੇ ਲੀਡਰ ਦੀ ਜਾਂ ਕਿਸੇ ਨਾ ਕਿਸੇ ਸਿੰਗਰ ਦੀ ਇੱਦਾਂ ਦੀ ਕਹਾਣੀ ਆ ਜਾਂਦੀ ਹੈ। ਆ ਲੰਘੀ 28 ਤਰੀਕ ਨੂੰ ਜੋ ਵੈਨਕੂਵਰ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ, ਗੁਰੂ ਰੰਧਾਵਾ ਜਿਹੜਾ ਪੰਜਾਬੀ ਸਿੰਗਰ ਹੈ, ਪੌਪ ਸਿੰਗਰ ਹੈ, ਸਟਾਰ ਸਿੰਗਰ ਹੈ, ਜੋ ਮਰਜ਼ੀ ਕਹਿ ਲਈਏ, ਜਿਹੜਾ ਮਰਜ਼ੀ ਨਾਲ ਲੈ ਲਈਏ, ਲੇਕਿਨ ਉਹਦੇ ਉੱਤੇ ਜਿਵੇਂ ਦਾ ਹਮਲਾ ਹੋਇਆ, ਉਹ ਤੋਂ ਲੱਗਦਾ ਇੱਦਾਂ ਹੈ, ਜੋ ਹੁਣ ਤੱਕ ਜੋ ਇਨਪੁੱਟਸ ਮਿਲੇ ਹੈ ਜਾਂ ਜੋ ਫੀਡਬੈਕ ਮਿਲੀ ਆ ਉਹਦੇ ਮੁਤਾਬਕ, ਕਿ ਉਹਨੇ ਜੋ ਉਹਦਾ ਲਾਈਵ ਸ਼ੋਅ ਹੋ ਰਿਹਾ ਸੀ ਐਲਿਜ਼ਾਬੈਥ ਥੀਏਟਰ ਦੇ ਵਿੱਚ, ਉੱਥੇ ਹਜੂਮ ਵੱਡਾ ਸੀ, ਕਿਉਂਕਿ ਪੰਜਾਬੀਆਂ ਦੀ ਫਿਤਰਤ ਹੈ, ਉਹ ਵਿਦੇਸ਼ਾਂ 'ਚ ਵਸੇ ਪੰਜਾਬੀਆਂ ਦਾ ਇੱਕ ਰੁਝਾਨ ਲਾ ਲਓ ਜਾਂ ਸੁਭਾਅ ਲਾ ਲਓ, ਉਹ ਵੀਕਐਂਡ ਦੇ ਉੱਤੇ ਕੋਈ ਇੱਦਾਂ ਦਾ ਸ਼ੋਅ ਚਾਹੁੰਦੇ ਹੈ ਕਿ ਅਸੀਂ ਮਨੋਰੰਜਨ ਕਰ ਲਈਏ। ਬਿਲਕੁਲ, ਕਿਉਂਕਿ ਇਹ ਸਿੰਗਰਾਂ ਦੇ ਅਖਾੜੇ ਜਿਹੜੇ ਹੈ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਤਾਂ ਰੇਅਰ ਹੋ ਗਏ, ਬਹੁਤ ਘੱਟ ਹੋ ਗਏ, ਜਾਂ ਇਹ ਕਹਿ ਲਈਏ ਕਿ ਉਹ ਲੋਕ ਇਹਨਾਂ ਦੇ ਅਖਾੜੇ ਲਾਉਂਦੇ ਆ ਜਾਂ ਇਹਨਾਂ ਦੇ ਪ੍ਰੋਗਰਾਮ ਕਰਾਉਂਦੇ ਆ ਜਿਨ੍ਹਾਂ ਕੋਲੇ ਅਥਾਹ ਧਨ ਹੈ, ਉਹ ਕਿਰਤ ਕਮਾਈ ਦਾ ਧਨ ਹੈ ਜਾਂ ਦੂਜੇ ਤਰੀਕੇ ਨਾਲ ਕਮਾਇਆ ਧਨ ਹੈ, ਇਹ ਵੱਡੇ ਬਹਿਸ ਦਾ ਵਿਸ਼ਾ ਹੈ। ਲੇਕਿਨ ਆਮ ਸਧਾਰਨ ਬੰਦਾ ਇਹਨਾਂ ਸਿੰਗਰਾਂ ਨੂੰ ਆਪਣੇ ਵਿਆਹ ਸ਼ਾਦੀਆਂ ਦੇ ਉੱਤੇ ਨਹੀਂ ਲਿਆ ਸਕਦਾ, ਕਿਉਂਕਿ ਪੈਸੇ ਮਿਲਾ ਦਾ ਬਹੁਤ ਜ਼ਿਆਦਾ, ਬਹੁਤ ਵੱਡਾ ਪੈਕੇਜ ਰੱਖਦੇ ਆ, ਬਹੁਤ ਵੱਡਾ ਇਹਨਾਂ ਦੀ ਜਿਹੜੀ ਆ ਫੀਸ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਫੀਸ ਹਰ ਬੰਦਾ ਨਹੀਂ ਪੇ ਕਰ ਸਕਦਾ ਜੀ। ਮਤਲਬ ਕਿਤੇ ਨਾ ਕਿਤੇ ਇਹ ਆ ਵੀ ਜਿਹੜੇ ਰੇਟ ਰੱਖੇ ਜਾਂਦੇ ਨੇ ਉਹ ਲੱਖਾਂ 'ਚ ਹੁੰਦੇ ਨੇ, ਜਿਹੜਾ ਦਿਹਾੜੀਦਾਰ ਬੰਦਾ ਜਾਂ ਆਮ ਆਪਣੀ ਰੋਜ਼ੀ ਰੋਟੀ ਚਲਾਉਣ ਵਾਲਾ ਬੰਦਾ ਉਹ ਸ਼ਾਇਦ ਇਹਨਾਂ ਨੂੰ ਅਫੋਰਡ ਨਹੀਂ ਕਰਦਾ, ਅਤੇ ਵੱਡੇ ਵੱਡੇ ਜਿਹੜੇ ਲੋਕ, ਵੱਡੀਆਂ ਵੱਡੀਆਂ ਸੰਸਥਾਵਾਂ ਜਿਹੜੀਆਂ ਬਾਹਰ ਵਿਦੇਸ਼ਾਂ 'ਚ ਬੁਲਾਉਂਦੀਆਂ ਇਹਨਾਂ ਦੇ ਸ਼ੋਅ ਕਰਾਉਂਦੀਆਂ ਨੇ, ਅਕਸਰ ਤੁਹਾਨੂੰ ਲੱਗਦਾ ਕਿ ਸਾਹਿਬ ਕਈ ਇਹਨਾਂ ਦੇ ਗਾਣੇ ਹੁਣ ਐਸੇ ਆਏ ਨੇ ਜਿਹੜੇ ਗੈਂਗਵਾਰ ਨੂੰ ਪ੍ਰਮੋਟ ਕਰਦੇ ਨੇ, ਹਥਿਆਰਾਂ ਨੂੰ ਪ੍ਰਮੋਟ ਕਰਦੇ ਨੇ, ਨਸ਼ੇ ਨੂੰ ਪ੍ਰਮੋਟ ਕਰਦੇ ਨੇ, ਵੀ ਉਹਨਾਂ ਦਾ ਨਤੀਜਾ ਵੀ ਇਹ ਹਮਲੇ ਹੋ ਸਕਦੇ ਆ? ਨਹੀਂ, ਬੜੀ ਵੱਡੀ ਮਤਲਬ ਇਹਨੂੰ ਮੰਦਭਾਗੀ ਗੱਲ ਕਿਹਾ ਜਾ ਸਕਦਾ ਜਾਂ ਚਿੰਤਾ ਵਾਲੀ ਗੱਲ ਵੀ ਕਿਹਾ ਜਾ ਸਕਦਾ ਕਿ ਸਾਡੇ ਪੰਜਾਬੀ ਸਿੰਗਰ, ਪੰਜਾਬ ਦੇ ਵੱਸਣ ਵਾਲੇ, ਪੰਜਾਬ ਦੇ ਭੂਗੋਲਿਕ ਸਥਿਤੀ ਤੋਂ ਵਾਕਫ ਜਾਣੂ ਹੈ ਅਤੇ ਵਾਕਫ ਹੈ ਔਰ ਚੰਗੀ ਤਰ੍ਹਾਂ ਪੰਜਾਬ ਦੀ ਭੂਗੋਲਿਕ ਸਥਿਤੀ ਨੂੰ ਸਮਝਦੇ ਹੈ, ਲੇਕਿਨ ਉਹਨਾਂ ਦੇ ਗਾਣਿਆਂ 'ਚ ਜਿੱਦਾਂ ਦੀ ਲੱਚਰਤਾ ਪਰੋਸੀ ਜਾਂਦੀ ਹੈ, ਉਹ ਭਾਵੇਂ ਗੈਂਗਵਾਰ ਨੂੰ
ਰਿਲੇਟਡ ਹੋਵੇ, ਭਾਵੇਂ ਉਹ ਨਸ਼ਿਆਂ ਦੇ ਮਾਮਲੇ 'ਚ ਹੋਵੇ, ਭਾਵੇਂ ਉਹ ਡਾਕੂਆਂ ਦੇ ਮਾਮਲੇ 'ਚ ਹੋਵੇ, ਭਾਵੇਂ ਮਤਲਬ ਇੱਦਾਂ ਦੇ ਚਰਿੱਤਰ ਉਹ ਪੈਦਾ ਕਰਦੇ ਆ ਕਿ ਸਾਡੀ ਨੌਜਵਾਨ ਪੀੜ੍ਹੀ ਦੇ ਵਿੱਚ ਜੱਕੋ ਤੱਕੀ ਉਹਨਾਂ 'ਚ ਇਮੋਸ਼ਨਲ ਜਿਹੜੇ ਸੈਟ ਸੈਂਟੀਮੈਂਟਸ ਪੈਦਾ ਹੁੰਦੇ ਆ, ਅਤੇ ਕਿਤੇ ਨਾ ਕਿਤੇ ਰੂਪ 'ਚ ਜਦੋਂ ਇੱਦਾਂ ਦੇ ਸਿੰਗਰ ਇੱਦਾਂ ਦੇ ਮਤਲਬ ਨੌਜਵਾਨ ਪੀੜ੍ਹੀ ਨੂੰ ਉਤੇਜਿਤ ਕਰਨਗੇ, ਉਹਦਾ ਐਕਸ਼ਨ ਦਾ ਰਿਐਕਸ਼ਨ ਦਾ ਕਿਤੇ ਨਾ ਕਿਤੇ ਹੁੰਦਾ ਹੈ। ਕੋਈ ਚੰਗੇ ਲੋਕ ਵੀ, ਚੰਗੀ ਬਿਰਤੀ ਵਾਲੇ ਲੋਕ ਵੀ ਹੁੰਦੇ ਆ ਜਿਹੜੇ ਇਹਨਾਂ ਦੇ ਵਿਰੋਧ ਵੀ ਕਰਦੇ ਆ। ਤੁਸੀਂ ਦੇਖਿਆ ਹੋਊਗਾ ਕਿ ਆਪਾਂ ਵਿਦੇਸ਼ਾਂ ਦੀ ਜਿੱਥੇ ਗੱਲ ਕਰਦੇ ਹਾਂ, ਪਿਛਲੇ 10-15 ਸਾਲਾਂ ਬੈਕ ਜਾਈਏ ਕਿ ਪੰਜਾਬ ਦੇ ਇੱਕ ਬਹੁਤ ਵੱਡੇ ਪੌਪ ਸਿੰਗਰ ਦਲੇਰ ਮਹਿੰਦੀ 'ਤੇ ਵੀ ਇੱਦਾਂ ਦਾ ਹਮਲਾ ਹੋਇਆ ਸੀ, ਉਹ ਵੀ ਥਾਣੇ 'ਚ ਹੋਇਆ ਸੀ, ਭੀੜ ਇਕੱਠੀ ਹੋ ਕੇ ਉਹਨਾਂ ਨੇ ਉਹਨਾਂ ਦੀ ਗੱਡੀ ਭੰਨ ਤੋੜ ਕੀਤੀ ਸੀ। ਖੈਰ ਉਹ ਮੁੱਦਾ ਵੱਡਾ ਸੀ, ਕਬੂਤਰਬਾਜ਼ੀ ਦਾ ਮੁੱਦਾ ਸੀ, ਉਹ ਅੱਜ ਤੱਕ ਲੜ ਰਹੇ ਆ ਕੇਸ, ਉਹ ਸੱਚਾ ਕਿ ਝੂਠਾ ਇਹ ਤਾਂ ਰੱਬ ਜਾਣਦਾ ਜਾਂ ਦਲੇਰ ਮਹਿੰਦੀ ਜਾਣਦਾ ਜਾਂ ਜਿਹੜਾ ਕੰਪਲੇਂਟਰ ਉਹ ਜਾਣਦਾ, ਲੇਕਿਨ ਜੇ ਕਿਤੇ ਇੱਦਾਂ ਦੇ ਹਾਲਾਤ ਬਣਦੇ ਆ ਉਹਦੇ 'ਚ ਕੋਈ ਨਾ ਕੋਈ ਗੱਲ ਤਾਂ ਹੁੰਦੀ ਹੈ। ਜੇ ਗੁਰੂ ਰੰਧਾਵੇ 'ਤੇ ਹਮਲਾ ਹੁੰਦਾ ਹੈ ਤਾਂ ਇਹਦੇ ਵਿੱਚ ਜਾਂ ਇਹਦੇ ਪਿਛੋਕੜ 'ਚ ਕੋਈ ਨਾ ਕੋਈ ਇਹਨਾਂ ਦੀ ਨਿੱਜੀ ਕਿਤੇ ਨਾ ਕਿਤੇ ਕੜੱਤਣ ਵਾਲੀ ਗੱਲ ਹੋ ਸਕਦੀ ਹੈ। ਜਿਵੇਂ ਤੁਸੀਂ ਕਿਹਾ ਕਿ ਇਹਨਾਂ 'ਚ ਜੋ ਲੱਚਰਤਾ ਫੈਲਾਉਂਦੇ ਆ ਆਪਣੇ ਗਾਣਿਆਂ ਦੇ ਵਿੱਚ, ਗੈਂਗਵਾਰਾਂ ਦੀ ਗੱਲ ਕਰਦੇ ਆ, ਹਥਿਆਰਾਂ ਦੀ ਗੱਲ ਕਰਦੇ ਆ ਜਾਂ ਡਾਕੂਆਂ ਦੀ ਗੱਲ ਕਰਦੇ ਆ, ਉਹ ਕਿਸੇ ਨਾ ਕਿਸੇ ਰੂਪ 'ਚ ਹੋ ਸਕਦਾ ਕਿਸੇ ਚੰਗੇ ਬੰਦੇ ਨੇ ਇਹਨਾਂ ਨੂੰ ਕਿਹਾ ਹੋਵੇ ਭਾਈ ਤੁਸੀਂ ਇੱਦਾਂ ਦਾ ਗਾਣਾ ਨਾ ਗਾਓ, ਇੱਦਾਂ ਦੀ ਲੱਚਰਤਾ ਨਾ ਗਾਓ, ਲੇਕਿਨ ਗੁਰੂ ਰੰਧਾਵੇ ਦੇ ਮਾਮਲੇ 'ਚ ਜਿਵੇਂ ਇਹ 'ਤੇ ਹਮਲਾ ਕੀਤਾ ਗਿਆ ਉਹ ਤੋਂ ਲਾਗੇ ਇੱਦਾਂ ਰਿਹਾ ਹੈ ਕਿ ਇਹਨੇ ਕੇਵਲ ਉੱਥੇ ਜਿਹੜੀ ਆਡੀਅੰਸ ਜਾਂ ਕਿਸੇ ਨੂੰ ਟੀਜ਼ ਕਰਨ ਦੀ ਕੋਸ਼ਿਸ਼ ਹੁੰਦੀ ਹੈ ਚੜਾਉਣ ਦੀ, ਜਦੋਂ ਕੋਈ ਵਿੱਚ ਬੰਦੇ ਬੈਠੇ ਵੀਡੀਓ ਬਣਾ ਲੈਂਦੇ ਉਹ ਵੀਡੀਓ ਦੇ ਉੱਤੇ ਹੋ ਸਕਦਾ ਇਹਨੇ ਕੋਈ ਉਹਦਾ ਰਿਐਕਸ਼ਨ ਇੱਦਾਂ ਦਾ ਕੀਤਾ ਹੋਵੇ, ਉਹ ਬੰਦੇ ਨੂੰ ਨਾ ਚੰਗਾ ਲੱਗਿਆ ਹੋਵੇ ਜੋ ਹੁਣ ਤੱਕ ਸਾਹਮਣੇ ਆਈ ਹੈ ਕਹਾਣੀ। ਬਿਲਕੁਲ ਅਜੇ ਤੱਕ ਜਿਹੜੀ ਕਹਾਣੀ ਸਾਹਮਣੇ ਆਈ ਸਿਰਫ ਇਹੀ ਹੈ ਕਿ ਗੁਰੂ ਰੰਧਾਵੇ ਉੱਤੇ ਹਮਲਾ ਜ਼ਰੂਰ ਹੋਇਆ, ਪਰ ਇਹ ਕੌਣ ਕਰਨ ਵਾਲਾ ਜਾਂ ਕਿੰਨੇ ਬੰਦੇ ਕਰਨ ਵਾਲਾ, ਕੀ ਹਥਿਆਰ ਵਰਤਿਆ ਗਿਆ, ਕਿਹੜੀ ਚੀਜ਼ ਵਰਤੀ ਗਈ ਜਿਸ ਉਹਦੇ ਸਿਰੇ ਉੱਤੇ ਹਮਲਾ ਕੀਤਾ ਗਿਆ, ਇਹ ਅਜੇ ਤੱਕ ਕਲੀਅਰ ਨਹੀਂ ਹੋਇਆ। ਇਨਵੈਸਟੀਗੇਸ਼ਨ ਪੁਲਿਸ ਕਰ ਰਹੀ ਹੈ, ਪਰ ਇਕੱਲਾ ਮਾਮਲਾ ਇਹ ਨਹੀਂ ਹੈਗਾ, ਐਸੀ ਗਾਇਕੀ ਨੂੰ ਲੈ ਕੇ, ਐਸੇ ਫਾਈਟਾਂ ਨੂੰ ਲੈ ਕੇ, ਗੈਂਗਵਾਰ ਨੂੰ ਲੈ ਕੇ, ਪਹਿਲਾਂ ਵੀ ਜਿਹੜਾ ਇੱਕ ਸਿੰਗਰ ਜਿਹੜੀ ਸਿੱਧੂ ਮੂਸੇਵਾਲੇ ਦੀ ਗੱਲ ਕਰ ਲਈ, ਉਹਨੂੰ ਵੀ ਜਿਹੜਾ ਰੋਕਿਆ ਗਿਆ ਸੀਗਾ ਕਿਉਂਕਿ ਸਿੱਧੂ ਮੂਸੇਵਾਲਾ ਵੀ ਇਹ ਗੱਲ ਤੋਂ ਆ ਸਕਿਆ, ਉਹਦੇ 2-3 ਸ਼ੋਆਂ ਦੇ ਵਿੱਚ ਜਿਹੜੇ ਆਮ ਜਿਹੜੇ ਲੋਕ ਨੇ ਉਹ ਫਾਈਟ ਕੀਤੀ ਉਹਨਾਂ ਨੇ, ਜਾਂ ਉਹਦੇ ਫੋਲੋਵਰਸ ਨੇ ਦੂਜਿਆਂ ਨਾਲ ਫਾਈਟ ਕੀਤੀ ਆ, ਇਸ ਨੂੰ ਲੈ ਕੇ ਉਹਨੂੰ ਵੀ ਬਿਆਨ ਕੀਤਾ ਗਿਆ। ਤੁਹਾਨੂੰ ਲੱਗਦਾ ਵੀ ਇਹਨਾਂ ਸਾਰੇ ਸਿੰਗਰਾਂ ਨੂੰ ਜੇ ਜਿਹੜਾ ਵੀ ਲੱਚਰ ਗਾਇਕੀ ਜਾਂ ਪ੍ਰਮੋਟ ਕਰਦਾ ਜਾਂ ਸਾਡੇ ਯੂਥ ਨੂੰ ਭੜਕਾਉਂਦਾ ਹੈ, ਉਹਨੂੰ ਬੈਨ ਹੀ ਕਰ ਦੇਣਾ ਚਾਹੀਦਾ ਆ। ਦੇਖੋ ਸਹੀ ਗੱਲ ਤਾਂ ਇਹ ਹੈ ਜੀ, ਇਹ ਕਲਾ ਦਾ ਪ੍ਰਦਰਸ਼ਨ ਹੈ, ਕਲਾ ਜਸਪ੍ਰੀਤ ਅਸ਼ਕ 'ਚ ਵੀ ਹੋ ਸਕਦੀ ਹੈ, ਮੇਰੇ 'ਚ ਵੀ ਹੋ ਸਕਦੀ ਹੈ, ਕਈ ਬਾਬੇ ਵੀ ਇਹੋ ਜਿਹੇ ਸੀ ਜਿਹਨਾਂ ਕੋਲ ਵੱਡੀ ਕਲਾ ਸੀ, ਉਹ ਹੈਲੀਕਾਪਟਰ ਚਾਹੁੰਦੇ ਹੁੰਦੇ ਸੀ, ਉਹ ਵੀ ਕਲਾ ਹੀ ਹੈ ਨਾ, ਦੁਕਾਨ ਚਲਾਉਂਦੇ ਸੀ, ਲੋਕ ਉਹਨਾਂ ਦੇ ਪਿੱਛੇ ਫੋਲੋਅਰ ਤੁਰਦੇ ਸੀ। ਇਸੇ ਤਰੀਕੇ ਇਹਨਾਂ ਸਿੰਗਰਾਂ ਦੀ ਕਹਾਣੀ ਹੈ, ਇਹ ਵੀ ਵੱਡੀਆਂ ਵੱਡੀਆਂ ਗੱਡੀਆਂ ਲੈ ਕੇ ਮਤਲਬ ਜਿਵੇਂ ਦੇ ਗਾਣੇ ਸ਼ੂਟ ਕਰਦੇ ਆ, ਉਹ ਸਾਡੇ ਤਾਂ ਇੱਥੇ ਪੰਜਾਬ ਜਾਂ ਭਾਰਤ ਦੇ ਵਿੱਚ ਹਜਮ ਹੀ ਨਹੀਂ ਹੁੰਦੀ ਗੱਲ, ਇਹ ਉੱਧਰ ਜਾ ਕੇ ਸੌਖਾ ਈਜੀ ਇਹਨਾਂ ਨੂੰ ਰਾਹ ਮਿਲ ਜਾਂਦਾ, ਉੱਥੇ ਕਿਰਾਏ 'ਤੇ ਲੈਂਦੇ ਆ ਜਾਂ ਕਿਸੇ ਦੋਸਤ ਦੀ ਬੈਂਟਲੀ ਹੋ ਗਈ, ਲੈਬੋਗਨੀ ਹੋ ਗਈ ਜਾਂ ਹੋਰ ਬਹੁਤ ਸਾਰੀਆਂ, ਉਹ ਨਾ ਜਿਹੜੇ ਸਾਡੇ ਇੰਡੀਆ ਦੇ ਵਿੱਚ ਨਾ ਹੀ ਨਹੀਂ ਹਲੇ ਆਏ, ਗੱਡੀ ਆਈ ਹੋ ਨਹੀਂ, ਉਹ ਗੱਡੀਆਂ ਦੇ ਉੱਤੇ ਚੜ੍ਹ ਕੇ ਮਤਲਬ ਪ੍ਰਦਰਸ਼ਨ ਕਰਦੇ ਆ ਗਾਣਿਆਂ ਦੇ ਵਿੱਚ, ਪਰਫਾਰਮ ਕਰਦੇ ਆ, ਪਰਫਾਰਮ ਕਰਦੇ, ਸ਼ੂਟ ਕਰਦੇ ਆ ਉਹਨਾਂ ਨੂੰ, ਅਤੇ ਜਹਾਜ਼ਾਂ 'ਤੇ ਚੜ੍ਹ ਕੇ ਜਾਂਦੇ, ਹੈਲੀਕਾਪਟਰਾਂ 'ਤੇ ਚੜ੍ਹ ਕੇ ਜਾਂਦੇ, ਜਿਵੇਂ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਹੈ, ਇਹਦੇ ਉੱਤੇ ਵੀ ਤਾਂ ਵੈਨਕੂਵਰ ਦੇ ਵਿੱਚ ਹੀ ਬੈਨ ਕੀਤਾ ਗਿਆ ਇਹਨੂੰ, ਇਹਨੂੰ ਨੋ ਐਂਟਰੀ ਕੀਤੀ ਹੋਈ ਵੀ ਇੱਥੇ ਤੂੰ ਸ਼ੋਅ ਨਹੀਂ ਕਰ ਸਕੇਗਾ, ਕਿਉਂਕਿ ਉੱਥੇ ਪਬਲਿਕ ਜਿਹੜੀ ਆ ਉਹਦੀ ਜਾਨ ਮਾਲ ਦੀ ਹਿਫਾਜ਼ਤ ਦੀ ਜਿਹੜੀ ਉਹਨਾਂ ਦੇ ਉੱਥੋਂ ਦੇ ਜਿਹੜੇ ਮੇਅਰ ਹੈ ਉਹਨਾਂ ਨੇ ਰਿਪੋਰਟ ਦਿੱਤੀ ਸੀ ਕਿ ਜੇ ਇੱਥੇ ਸ਼ੋਅ ਕਰੇਗਾ ਤਾਂ ਮਤਲਬ ਇੱਥੇ ਕੋਈ ਨਾ ਕੋਈ ਇੰਸੀਡੈਂਟ ਹੋ ਸਕਦਾ, ਕੋਈ ਕਿਸੇ ਦੀ ਜਾਨ ਜਾ ਸਕਦੀ ਹੈ। ਜਿੱਥੋਂ ਤੱਕ ਗੁਰੂ ਰੰਧਾਵੇ ਦੀ ਗੱਲ ਹੈ, ਇਹ ਗੁਰੂ ਰੰਧਾਵੇ ਹੋ ਰਹੀ ਜਾਂ ਹੋਰ ਵੀ ਸਿੰਗਰ ਜਿਹੜੇ ਬੜੇ ਚੰਗੇ ਸਿੰਗਰ ਵੀ ਹੈ ਜਿਹੜੇ ਮਤਲਬ ਸੱਭਿਆਚਾਰ ਦੀ ਗੱਲ ਕਰਦੇ ਆ, ਸਾਡੇ ਬਾਰ ਸੋਹਣ ਦੀ ਗੱਲ ਕਰੀਏ, ਗੁਰਦਾਸ ਮਾਨ ਹੋ ਗਏ ਜਾਂ ਬਹੁਤ ਸਾਰੇ ਬੜੇ ਸਿੰਗਰ ਨੇ ਜਿਹੜੇ ਕਿ ਉਹਨਾਂ ਸਟੇਸ਼ਨ ਸਤਿੰਦਰ ਸਰਤਾਜ ਜਿਹੜਾ ਉਹ ਵੀ ਚੰਗਾ ਸੂਫੀ ਗਾਇਕ, ਬਿਲਕੁਲ ਫੈਮਲੀਆਂ ਦੇਖਣ ਜਾਂਦੀਆਂ ਨੇ ਉਹਨਾਂ ਨੂੰ, ਇਕੱਠੇ ਲੋਕ ਸੁਣਦੇ ਆ, ਪਰਿਵਾਰ ਦੇ ਨਾਲ ਬੱਚੇ ਜਾ ਕੇ ਦੇਖਦੇ ਵੀ ਹੈ, ਸੁਣਦੇ ਵੀ ਹੈ। ਸੋ ਸਾਡੇ ਸਿੰਗਰਾਂ ਨੂੰ ਵੀ ਚਾਹੀਦਾ ਹੈ ਪੰਜਾਬੀ ਕਲਚਰ ਨੂੰ ਪ੍ਰਫੁੱਲਿਤ ਕਰੋ, ਠੀਕ ਹੈ ਤੁਸੀਂ ਤੁਹਾਡੇ 'ਚ ਕਲਾ ਹੈਗੀ ਹੈ, ਪਰਮਾਤਮਾ ਨੇ ਤੁਹਾਨੂੰ ਕਲਾ ਬਖਸ਼ਿਸ਼ ਕੀਤੀ ਹੈ, ਉਸ ਕਲਾ ਦਾ ਸਦਉਪਯੋਗ ਕਰੋ, ਦੁਰਉਪਯੋਗ ਨਾ ਕਰੋ ਜਿਹਦੇ ਨਾਲ ਸਾਡੀ ਕੌਮ 'ਤੇ ਜਾਂ ਸਾਡੇ ਮਜ਼ਹਬ 'ਤੇ ਜਾਂ ਸਾਡੇ ਧਰਮ 'ਤੇ ਚੋਟ ਵੱਜਦੀ ਹੋਵੇ। ਜਿਵੇਂ ਗੁਰੂ ਰੰਧਾਵੇ 'ਤੇ ਹਮਲਾ ਹੁੰਦਾ ਹੈ, ਇਹਦਾ ਪਿਛੋਕੜ ਕੀ ਹੋ ਗਿਆ, ਅਤੇ ਇਨਵੈਸਟੀਗੇਸ਼ਨ ਦਾ ਹਿੱਸਾ ਹੈ, ਇਨਵੈਸਟੀਗੇਸ਼ਨ ਤੋਂ ਬਾਅਦ ਜੋ ਵੀ ਕਾਰਵਾਈ ਪ੍ਰੋਸੀਡਿੰਗ ਹੋਊ ਉਦੋਂ ਬਾਅਦ ਹੀ ਗੱਲ ਕਰਨੀ ਪਊਗੀ, ਕਿਉਂਕਿ ਉੱਥੋਂ ਦਾ ਕਾਨੂੰਨ ਕਨੇਡਾ ਦਾ ਇੱਦਾਂ, ਜਦੋਂ ਤੱਕ ਇਨਵੈਸਟੀਗੇਸ਼ਨ ਚੱਲਦੀ ਹੈ ਤੁਸੀਂ ਉਹ 'ਤੇ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦੇ, ਕਿਤੇ ਵੀ ਨਾ ਨਾ ਹੀ ਕਰਨਾ ਚਾਹੀਦਾ ਕਿਸੇ ਨੂੰ। ਜਦੋਂ ਇਨਵੈਸਟੀਗੇਸ਼ਨ ਦੀ ਗੱਲ ਹੋ ਜਾਵੇ, ਕੋਈ ਏਜੰਸੀ ਉਹਦੀ ਇਨਵੈਸਟੀਗੇਟ ਕਰ ਰਹੀ ਹੈ, ਤਾਂ ਉੱਥੇ ਕਿਸੇ ਨੂੰ ਬੋਲਣ ਦਾ ਰਾਈਟ ਨਹੀਂ ਹੁੰਦਾ। ਜਦੋਂ ਇਹਦੀ ਕਲੀਅਰ ਪਿਕਚਰ ਸਾਹਮਣੇ ਆਊ
ਹੋਊਗੀ ਦੇਖ ਲਿਓ ਕੁਛ ਨਾ ਕੁਛ ਤਾਂ ਇੱਦਾਂ। ਅੱਛਾ ਆਖਰੀ ਸਾਹਿਬ ਇੱਕ ਹੋਰ ਜਿਹੜੀ ਵੱਡੀ ਚੀਜ਼ ਸਾਹਮਣੇ ਆਈ ਆ ਵੀ ਜਿਹੜੇ ਪ੍ਰਮੋਟਰਸ ਨੇ ਉੱਥੇ ਦੇ ਜਿਹੜੇ ਪ੍ਰਮੋਟਰਾਂ ਛੋਟੇ ਮੋਟੇ ਪ੍ਰਮੋਟਰ ਆ ਵੱਡੇ ਪ੍ਰਮੋਟਰ ਨੇ ਵੀ ਉਹਨਾਂ ਦਾ ਵੀ ਕਿਤੇ ਨਾ ਕਿਤੇ ਵੱਡਾ ਕਸੂਰ ਜਾਂ ਵੱਡਾ ਦੋਸ਼ ਰਹਿੰਦਾ ਆ ਕਿਉਂਕਿ ਪ੍ਰਮੋਟਰਸ ਜਿਹੜੇ ਨੇ ਇਹੋ ਜਿਹੇ ਲੋਕਾਂ ਨੂੰ ਬੁਲਾ ਕੇ ਉੱਥੇ ਗਾਣੇ ਗਵਾਉਂਦੇ ਨੇ ਪ੍ਰਮੋਟ ਕਰਦੇ ਆ ਲੋਕਾਂ ਦੀ ਜੇਬਾਂ ਜਿਹੜਾ ਆਪਣੀ ਰੋਜ਼ੀ ਰੋਟੀ ਜਿਹੜੀ ਕਮਾਉਣ ਲਈ ਜਿਹੜਾ ਪੈਸਾ ਹੁੰਦਾ ਜਾਂ ਆਪਣੇ ਇੱਕ ਟਾਈਮ ਦੀ ਰੋਟੀ ਮਾਰ ਕੇ ਉਹ ਲੋਕ ਉਹ ਦੇਖਣ ਵੀ ਜਾਂਦੇ ਨੇ ਪ੍ਰਮੋਟਰਸ ਦਾ ਰੋਲ ਕਿਵੇਂ ਦੇਖਦੇ ਤੁਸੀਂ ਸਾਰੇ ਮਾਮਲੇ 'ਚ? ਦੇਖੋ ਗੱਲ ਇਹ ਹੈ ਜੀ ਇਹ ਹੈ ਬਿਜ਼ਨਸ ਕਾਰੋਬਾਰ ਕਾਰੋਬਾਰ 'ਚ ਜੁੜੇ ਹੋਏ ਲੋਕ ਹੈ ਜੀ ਪ੍ਰਮੋਟਰ ਕਹਿ ਲਈਏ ਜਾਂ ਉਹਨਾਂ ਨੂੰ ਕਹਿ ਲਈਏ ਪ੍ਰਬੰਧਕ ਕਹਿ ਲਈਏ ਜਾਂ ਮੈਨੇਜਮੈਂਟ ਦੇ ਬੰਦੇ ਕਹਿ ਲਈਏ ਇਹ 5-7-10 ਬੰਦੇ ਇਕੱਠੇ ਹੋ ਕੇ ਇੱਦਾਂ ਦੇ ਪ੍ਰੋਗਰਾਮ ਲਾਂਚ ਕਰਦੇ ਆ ਔਰਗਨਾਈਜ਼ ਕਰਦੇ ਆ ਉੱਥੇ ਟਿਕਟ ਵੀ ਲਾਉਂਦੇ ਆ ਲੋਕਾਂ ਤੋਂ ਪੈਸੇ ਵੀ ਲੈਂਦੇ ਆ ਇਹ ਵੱਖਰੀ ਗੱਲ ਹੈ ਕਿ ਸਾਡੇ ਪੰਜਾਬੀ ਭਾਈਚਾਰੇ ਦੀ ਜਿਹੜੀ ਹੈ ਮਨੋਰੰਜਨ ਕਰਨ ਲਈ ਜਾਂ ਉਹਨਾਂ ਨੂੰ ਆਪਣੇ ਜਿਹੜੇ ਇੱਦਾਂ ਦੇ ਸਟਾਰ ਸਿੰਗਰ ਆ ਉਹਨਾਂ ਦੇ ਮਤਲਬ ਗਾਣੇ ਸੁਣਾਉਣ ਦੇ ਲਈ ਮੰਚ ਦਾ ਪ੍ਰਬੰਧ ਕਰਦੇ ਆ ਲੇਕਿਨ ਉਹ ਲੋਕਾਂ ਤੋਂ ਫੀਸ ਵੀ ਤਾਂ ਲੈਂਦੇ ਆ ਔਰ ਕਈ ਵੱਡੀਆਂ ਜਿਹੜੀਆਂ ਉੱਥੋਂ ਦੀਆਂ ਕੰਪਨੀਆਂ ਸਾਡੇ ਵੈਲ ਐਸਟੈਬਲਿਸ਼ ਲੋਕ ਪੰਜਾਬੀ ਜਿਹੜੇ ਭਾਰਤੀ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਛੋਟੀਆਂ ਗੱਲਾਂ ਉਹਨਾਂ ਲਈ ਅਤੇ ਆਪਣੇ ਲਈ ਵੱਡੀਆਂ ਗੱਲਾਂ ਲੱਗਦੀਆਂ ਕਿਉਂਕਿ ਜਦੋਂ ਡਾਲਰਾਂ ਅਤੇ ਇੰਡੀਅਨ ਰੂਪੀ 'ਚ ਕੰਪੈਰੀਜ਼ਨ ਕਰਦੇ ਹਾਂ ਤਾਂ ਜ਼ਮੀਨ ਹਿੱਲਦੀ ਹੈ ਜ਼ਮੀਨ ਹਿੱਲਦੀ ਹੈ ਅਤੇ ਉਹਨਾਂ ਲੋਕਾਂ ਨੂੰ ਫਰਕ ਨਹੀਂ ਪੈਂਦਾ ਇਹਨਾਂ ਗੱਲਾਂ ਮਤਲਬ ਉਹ ਤਾਂ ਇਹ ਵੀ ਉੱਪਰ ਪਾਰ ਕੇ $100 ਵੀ ਸਿੱਟਤਾ ਉਹਨਾਂ ਲਈ 100 ਰੁਪਏ ਤਾਂ ਸਾਡੇ ਲਈ ਉਹੀ ਜਿਹੜਾ 5-6 ਹਜ਼ਾਰ ਦੇ ਨੇੜੇ ਬਣ ਜਾਂਦਾ ਜੀ ਸੋ ਇੱਦਾਂ ਇਹ ਆ ਪੰਜਾਬੀ ਸਾਡੇ ਬੜੇ ਉੱਧਰ ਤਰੱਕੀ ਕੀਤੀ ਹੈ ਤਰੱਕੀ ਦੇ ਨਾਲ ਨਾਲ ਗਿਰਾਵਟ ਵੱਲ ਵੀ ਅਸੀਂ ਤੁਰੇ ਫਿਰਦੇ ਹਾਂ ਸਾਡੇ ਸ਼ਿਸ਼ਟਾਚਾਰ 'ਤੇ ਚੋਟ ਪੈ ਰਹੀ ਹੈ ਸਾਡੇ ਸੱਭਿਆਚਾਰ 'ਤੇ ਚੋਟ ਪੈ ਰਹੀ ਆ ਆਹ ਜਿਹੜੇ ਜਿਹਨੂੰ ਆਪਾਂ ਲੱਚਰ ਗਾਇਕੀ ਦਾ ਨਾਂ ਦਿੰਦੇ ਹਾਂ ਮਤਲਬ ਅਸੱਭਿਅਕ ਗਾਇਕੀ ਜਿਹੜੀ ਲੋਕ ਪਰੋਸ ਰਹੇ ਆ ਕੋਈ ਵੀ ਸਿੰਗਰ ਹੋਵੇ ਕਿਸੇ ਦਾ ਨਾਂ ਲੈ ਲਓ ਜਿਹੜਾ ਲੱਚਰ ਗਾਇਕੀ ਗਾਉਂਦਾ ਉਹਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਭਰਾਵਾ ਪੰਜਾਬੀ ਕਲਚਰ ਪੰਜਾਬ ਦਾ ਗੌਰਮਈ ਇਤਿਹਾਸ ਤੁਸੀਂ ਜਿੰਨਾ ਮਰਜ਼ੀ ਗਾ ਲਓ ਉਮਰ ਦੇ ਆਖਰੀ ਦਮ ਤੱਕ ਗਾ ਲਓ ਤੁਹਾਡੇ ਕੋਲ ਮੁੱਕਦਾ ਨਹੀਂ ਐਡਾ ਵੱਡਾ ਇਤਿਹਾਸ ਹੈ ਸਿੱਖਾਂ ਕੋਲ ਤੁਸੀਂ ਉਹਨੂੰ ਗਾ ਲਓ ਤੇ ਆ ਮੁੰਡਿਆਂ ਦੇ ਜਾਂ ਕੁੜੀਆਂ ਨੂੰ ਮਤਲਬ ਪਰ ਉਹ ਗੱਲ ਕੀ ਆ ਰੈਂਪ ਦਿਖਾ ਕੇ ਜਾਂ ਨਹੀਂ ਉਹ ਜਿਹੜੀ ਆਪਾਂ ਕਈ ਸਿੰਗਰਾਂ ਨੇ ਜਿਵੇਂ ਗੱਲ ਵੀ ਕੀਤੀ ਆ ਪਹਿਲਾਂ ਉਹ ਕੀਤਾ ਪਰ ਉਹ ਕਹਿੰਦੇ ਅਸੀਂ ਉਹ ਚੀਜ਼ ਕਹਿੰਦੇ ਜਿਹੜੀ ਹੁਣ ਦੀ ਆਡੀਅੰਸ ਸੁਣਨਾ ਚਾਹੁੰਦੀ ਆ ਜਦ ਹੁਣ ਇੱਕ ਪਿੱਛੇ ਜੇ ਘਟਨਾ ਜਿਹੜੀ ਮੈਨੂੰ ਸੁਣਨ ਨੂੰ ਮਿਲੀ ਆਪਣੀ ਕਈ ਖਾਸ ਨਜ਼ਦੀਕੀ ਸਾਨੂੰ ਦੱਸ ਰਹੇ ਵੀ ਜਦ ਦਲਜੀਤ ਜਿਹੜਾ ਇਹ ਕੈਨੇਡਾ 'ਚ ਸ਼ੋਅ ਕਰ ਰਿਹਾ ਸੀ ਉਹਨੇ ਆਮ ਗਾਣੇ ਗਾਏ ਤਾਂ ਇੱਕ ਲੇਡੀ ਨੇ ਉੱਠ ਕੇ ਉਹਨੂੰ ਕਿਹਾ ਵੀ ਨਹੀਂ ਲੱਖ 28 ਸੁਣਾ ਦੇ ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਸਾਡੇ ਲੋਕ ਆ ਪ੍ਰਮੋਟ ਕਰਦੇ ਨੇ ਵਿੱਚ ਦੇਖੋ ਇਹ ਮਿਊਜ਼ਿਕ ਸਿਸਟਮ ਦਾ ਹੈਗਾ ਫੰਡਾ ਗਾਣੇ ਦੇ ਸ਼ਬਦ ਤਾਂ ਉਹੀ ਹੁੰਦੇ ਹੈ ਮੈਂ ਇਹ ਗੱਲ ਕਲਾ ਦੀ ਕਹੀ ਹੈ ਜਿਸ ਇਨਸਾਨ ਕੋਲ ਕਲਾ ਹੈ ਉਹਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਾ ਬੋਲ ਤਾਂ ਪੰਜਾਬੀ ਦੇ ਉਹੀ ਹੈ ਨਾ ਜੀ ਉਹਨਾਂ ਨੂੰ ਜੋੜ ਘਟਾਓ ਕਰ ਲਓ ਬੋਲ ਤਾਂ ਪੰਜਾਬੀ 'ਚ ਬੋਲਣ ਵਾਲਾ ਹੀ ਹੈ ਤੁਸੀਂ ਬੋਲ ਸਕਦੇ ਹੋ ਮੈਂ ਵੀ ਬੋਲ ਸਕਦਾ ਲੇਕਿਨ ਜਿਹੜੀ ਕਲਾ ਦੀ ਵਿਵਸਥਾ ਉਹਨਾਂ ਨੂੰ ਪਰਮਾਤਮਾ ਨੇ ਗੋਡ ਗਿਫਟ ਹੈ ਕਲਾਕਾਰਾਂ ਕੋਲ ਉਹ ਕਲਾ ਦਾ ਉਹਨਾਂ ਨੂੰ ਸਦਉਪਯੋਗ ਹੀ ਕਰਨਾ ਚਾਹੀਦਾ ਦੁਰਉਪਯੋਗ ਨਹੀਂ ਕਰਨਾ ਚਾਹੀਦਾ ਕਿਉਂਕਿ ਇਤਿਹਾਸ ਕਦੇ ਮਾਫ਼ ਨਹੀਂ ਕਰਦਾ ਜਦੋਂ ਤੁਸੀਂ ਇਤਿਹਾਸ ਦੇ ਉਹਨਾਂ ਸੁਨਹਿਰੀ ਪੰਨਿਆਂ ਦੇ ਵਿੱਚ ਆਪਣਾ ਨਾਂ ਕਾਲੇ ਅੱਖਰਾਂ 'ਚ ਲਿਖਵਾਓਗੇ ਨਾ ਅਤੇ ਫਿਰ ਮੁੜ ਕੇ ਤੁਹਾਨੂੰ ਉਹਦਾ ਸਰਟੀਫਿਕੇਟ ਲੈਣ ਦੀ ਜਾਂ ਦੇਣ ਦੀ ਲੋੜ ਨਹੀਂ ਪੈਂਦੀ ਜਦੋਂ ਸਮਾਜ ਉੱਠਦਾ ਸਾਡੀ ਸੰਸਕ੍ਰਿਤੀ ਉੱਠਦੀ ਹੈ ਸਾਡਾ ਭਾਈਚਾਰਾ ਉੱਠਦਾ ਬੜੇ ਬੜੇ ਲੋਕ ਬੜੇ ਬੜੇ ਐਕਟਰ ਫਿਲਮੀ ਐਕਟਰ ਸਿੰਗਰ ਧਰਤੀ 'ਤੇ ਤੁਰੇ ਦਿਖੇ ਆ ਨਹੀਂ ਬਿਲਕੁਲ ਇਹ ਗੱਲ ਤਾਂ ਜਾਇਜ਼ ਹੈਗੀ ਆ ਪਰ ਇੱਕ ਗੱਲ ਹੋਰ ਜਿਹੜੀ ਵੱਡੀ ਸਾਹਮਣੇ ਆ ਰਹੀ ਹੈ ਜਦ ਇਹ ਸਿੰਗਰ ਆਮ ਜਿਹੜੇ ਇੱਥੇ ਜਿਨ੍ਹਾਂ ਚਾਹੇ ਪੁੱਛੇ ਨਾ ਕੋਈ ਪੁੱਛੇ ਜਾਂ ਆਮ ਜਿਹੜੇ ਇੱਥੇ ਗਾਉਂਦੇ ਨੇ ਜਦ ਇਹ ਵਿਦੇਸ਼ੀ ਜਾਂਦੇ ਨੇ ਤਾਂ ਉੱਥੇ ਜਾ ਕੇ ਡਿਮਾਂਡ ਬਹੁਤ ਰੱਖਦੇ ਨੇ ਸੁਣਨ ਆਇਆ ਵੀ ਜਿਹੜੀ ਲਿਸਟ ਦਿੱਤੀ ਜਾਂਦੀ ਹੈ ਇੱਕ ਉਹਨਾਂ ਵੱਲੋਂ ਬਕਾਇਦਾ ਵੀ ਆਹ ਅਸੀਂ ਫੂਡ ਖਾਵਾਂਗੇ ਨਹੀਂ ਖਾਵਾਂਗੇ ਆਹ ਹੋਟਲ 'ਚ ਰਵਾਂਗੇ ਇਹਦਾ ਕਮਰਾ ਸਾਨੂੰ ਸੂਟ ਕਰਦਾ ਜਾਂ ਨਹੀਂ ਕਰਦਾ ਇਹ ਸਾਰੀ ਚੀਜ਼ਾਂ ਵੀ ਕੀਤੀਆਂ ਜਾਂਦੀਆਂ ਨੇ ਗੱਲ ਉਹੀ ਹੈ ਨਾ ਜੀ ਲੱਖ ਦੀ ਹੈ ਸਟਾਰ ਦੀ ਹੈ ਕਿਸਮਤ ਦੀ ਹੈ ਜਿਹੜੀ ਦੀ ਕਿਸਮਤ ਖੁੱਲ ਗਈ ਉਹਦੇ ਪੌਂਵਰ ਹੈ ਹੁਣ ਇਹਨਾਂ ਸਿੰਗਰਾਂ ਦੇ ਉੱਤੇ ਜੇ ਇਹਨਾਂ ਨੂੰ ਪੁੱਛਿਆ ਜਾਵੇ ਸਹੀ ਗੱਲ 'ਚ ਪੰਜਾਬੀ ਸੱਥ 'ਚ ਬਿਠਾ ਕੇ ਇਹਨਾਂ ਨੂੰ ਪੁੱਛਿਆ ਜਾਵੇ ਵੀ ਭਰਾਵਾ ਜਿਹੜੇ ਤੇਰੇ ਭਰਾ ਪਿੰਡਾਂ 'ਚ ਵੱਸਦੇ ਹੈ ਜਾਂ ਪੰਜਾਬ 'ਚ ਵੱਸਦੇ ਹੋ ਉਹਨਾਂ ਦਾ ਵੀ ਖਾਣਾ ਪੀਣਾ ਆਹੀ ਹੈ ਜੋ ਤੂੰ ਖਾਣਾ ਤੇਰੇ ਮਾਂ ਪਿਓ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਹੈ ਜਿਨ੍ਹਾਂ ਕਰਕੇ ਤੂੰ ਇਹ ਮੰਚ ਦਾ ਪ੍ਰਯੋਗ ਕਰ ਰਿਹਾ ਹੈ ਕਿ ਤੇਰੇ ਮਾਤਾ ਪਿਤਾ ਵੀ ਆਹੀ ਖਾਣਾ ਖਾਂਦੇ ਜਿਹੜਾ ਤੂੰ ਡਿਮਾਂਡ ਕਰਦਾ ਬਿਲਕੁਲ ਠੀਕ ਹੈ ਇਹਨਾਂ ਦਾ ਕੈਲੀਬਰ ਸਟੇਟਸ ਇਹਨਾਂ ਨੇ ਆਪਣਾ ਬਹੁਤ ਵੱਡਾ ਅਪਗ੍ਰੇਡ ਕੀਤਾ ਔਰ ਨੋ ਡਾਊਟ ਕਿ ਸਾਡੇ ਲੋਕ ਹੀ ਇਹਨਾਂ ਨੂੰ ਪ੍ਰਮੋਟ ਕਰਦੇ ਆ ਸਾਡੇ ਲੋਕ ਹੀ ਇਹਨੂੰ ਅਥਾਹ ਧੰਨ ਦਿੰਦੇ ਆ ਤਾਂ ਹੀ ਵੱਡੀਆਂ ਵੱਡੀਆਂ ਲਗਜ਼ਰੀ ਕਾਰਾਂ 'ਚ ਘੁੰਮਦੇ ਆ ਜੇ ਵਿਦੇਸ਼ੀ ਸਾਡਾ ਭਾਈਚਾਰਾ ਪੰਜਾਬੀ ਸਿੰਗਰਾਂ ਤੋਂ ਮੂੰਹ ਮੋੜ ਲਵੇ ਇਹਨਾਂ ਨੂੰ ਕਾਰਾਂ ਦੀਆਂ ਕਿਸ਼ਤਾਂ ਭਰਨੀਆਂ ਔਖੀਆਂ ਹੋ ਜਾਣਗੀਆਂ ਹਾਲਾਤ ਇੱਦਾਂ ਦੇ ਬਣ ਜਾਣਗੇ ਇਹਨਾਂ ਨੂੰ ਸਮਝਣਾ ਚਾਹੀਦਾ ਪੰਜਾਬੀ ਭਾਈਚਾਰੇ ਨੂੰ ਤੁਸੀਂ ਮਤਲਬ ਵਰਤਣ ਦਾ ਯਤਨ ਨਾ ਕਰੋ ਉਹਨਾਂ ਨੂੰ ਕੁਛ ਦਿਓ ਸਾਡੀ ਸੁਸਾਇਟੀ ਨੂੰ ਕੁਛ ਚੰਗਾ ਦਿਓ ਜਿਹੜੀ ਸੁਸਾਇਟੀ ਹੁਣ ਜਿਹੜੀ ਤੁਸੀਂ ਗੱਲ ਕਰਦੇ ਹੋ ਤੁਸੀਂ ਦਲਜੀਤ ਦੀ ਗੱਲ ਕਰਦੇ ਹੋ ਕਿਸੇ ਦੀ ਲਾ ਲਓ
ਵਿਦੇਸ਼ਾਂ 'ਚ ਜਾਂਦੇ ਆ, ਇਕੱਲੇ ਕਲਾਕਾਰਾਂ ਦੀ ਗੱਲ ਕੀ ਕਰਦੇ ਹਾਂ ਆਪਾਂ, ਵੱਡੇ ਵੱਡੇ ਪੋਲੀਟੀਸ਼ੀਅਨਾਂ ਦੀ ਲਾ ਲਈਏ, ਉਹ ਵੀ ਜਾ ਕੇ ਬਾਊਂਸਰ ਲੈਂਦੇ ਆ ਉੱਧਰ, ਪੇੜ ਲੈਂਦੇ ਆ, ਕਿਉਂਕਿ ਉਹ ਉੱਥੇ ਏਜੰਸੀਆਂ ਖੁੱਲੀਆਂ, ਏਜੰਸੀਆਂ ਨੂੰ ਤੁਹਾਨੂੰ ਪੇ ਕਰਨਾ ਪੈਂਦਾ। ਇੱਥੇ ਤਾਂ ਮੰਨ ਲੈਂਦੇ ਆਪਾਂ ਵੀ ਕਰਾਊਡ ਉਹਨਾਂ ਦਾ ਫੈਨ ਆ, ਜਾਂ ਇਹਨਾਂ ਨੂੰ ਡਰ ਲੱਗਦਾ ਵੀ ਇੱਥੇ ਲੋਕ ਕੁੱਟਣਗੇ ਮਾਰਨਗੇ ਕੁਛ ਹੁੰਦਾ। ਵਿਦੇਸ਼ਾਂ 'ਚ ਤਾਂ ਲੋਕ ਵੈਸੇ ਇਹੋ ਜਿਹੇ ਹੁੰਦੇ ਨਹੀਂ ਹੈਗੇ, ਪਰ ਫਿਰ ਉਹਨਾਂ ਨੂੰ ਕੀ ਡਰ ਰਹਿੰਦਾ ਆ। ਗੱਲ ਮੈਂ ਇੱਕੋ ਗੱਲ ਕਹਿਣ ਕਿ ਸਿਰਫ ਇਹ ਆ ਵੀ ਇੱਕ ਪੰਜਾਬੀ ਦਾ ਸ਼ਬਦ ਵੀ ਹਵਾ ਕਰਦੇ ਆ, ਚੌੜ ਚੌੜ ਕਰਨੀ ਆ ਵੀ ਉਹ ਚੌੜ ਕਰਦੇ। ਮੇਰੇ ਹਿਸਾਬ 'ਚ ਤਾਂ ਦੇਖੋ ਜੀ, ਗੱਲ ਇਹ ਹੈ ਹੁਣ ਤਾਂ ਲੋੜ ਹੈਗੀ ਆ, ਧਰਤੀ ਨਾਲ ਜੁੜਿਆ ਬੰਦਾ ਨਹੀਂ, ਕੋਈ ਲੋੜ ਨਹੀਂ ਜੀ, ਕਿਉਂਕਿ ਹੁਣ ਤਾਂ ਜਿਸ ਹਿਸਾਬ ਨਾਲ ਇਹ ਗਾ ਰਹੇ ਨੇ ਮੈਨੂੰ ਲੱਗਦਾ ਲੋੜ ਹੈਗੀ ਆ ਵੀ ਬਾਊਂਸਰ ਚਾਹੀਦੇ। ਮੈਂ ਤਾਂ ਉਹੀ ਕਹਿੰਦਾ, ਜਿਹੜੇ ਬੰਦੇ ਨੇ ਕਦੇ ਗੁਨਾਹ ਕੀਤਾ ਹੀ ਨਹੀਂ, ਕਦੇ ਆਪਣੀ ਸੋਸਾਇਟੀ ਨੂੰ ਮਾੜਾ ਪਰੋਸਿਆ ਹੀ ਨਹੀਂ, ਉਹਨੂੰ ਕਿਸੇ ਤੋਂ ਖਤਰਾ ਹੀ ਨਹੀਂ, ਉਹਨੂੰ ਬਾਊਂਸਰ ਰੱਖਣ ਦੀ ਲੋੜ ਹੀ ਨਹੀਂ। ਇਹ ਗੱਲ ਠੀਕ ਹੈ, ਕਈ ਵਾਰ ਹਾਲਾਤ ਹੈ ਜਿਵੇਂ ਪੰਜਾਬ ਦੇ ਵਿੱਚ ਪਿੱਛੇ ਜੇ ਆਪਣੇ ਪਰਮੀਸ਼ ਵਰਮਾ ਦੇ ਨਾਲ ਹੋਇਆ, ਗੈਂਗਸਟਰ ਵੱਲੋਂ ਉਹਨੂੰ ਧਮਕੀ ਦਿੱਤੀ ਗਈ, ਉਹ ਤੋਂ ਫਰੌਤੀ ਵੀ ਮੰਗੀ। ਇਹਨਾਂ ਦੀਆਂ ਕੁਝ ਪ੍ਰੋਬਲਮ ਇਦਾਂ ਦੀਆਂ ਵੀ ਹੈਗੀਆਂ, ਜਦੋਂ ਸਟਾਰ ਸਿੰਗਰ ਬਣ ਜਾਂਦਾ ਹੈ ਤੇ ਜਿਹੜੇ ਮਾੜੀ ਮਨਸ਼ਾ ਵਾਲੇ ਲੋਕ ਹੈ, ਉਹ ਕੋਈ ਵੀ ਹੋਣ, ਉਹ ਮਤਲਬ ਬਦਮਾਸ਼ ਹੋਣ, ਉਹ ਗੈਂਗਸਟਰ ਹੋਣ, ਉਹ ਐਂਟੀ ਭਾਰਤ ਨਾਲ ਸੰਬੰਧਿਤ ਕਿਸੇ ਏਜੰਸੀ ਦੇ ਪੈਰੋਕਾਰ ਹੋਣ, ਉਹ ਦੇਖਦੇ ਆ ਮਤਲਬ ਸਰਚ 'ਚ ਰਹਿੰਦੇ ਆ ਵੀ ਕਿਹੜਾ ਸ਼ਿਕਾਰ ਫਸੂਗਾ, ਉਹ ਇਸ ਗੱਲੋਂ ਉਹਨਾਂ ਨੂੰ ਡਰ ਵੀ ਰਹਿੰਦਾ। ਆਪਣੇ ਇੱਥੇ ਪੰਜਾਬ 'ਚ ਤਾਂ ਆਮ ਵਰਤਾਰਾ ਜੋ ਸਿੰਗਲ ਤੁਰਦੇ ਆ ਉਹਨਾਂ ਲੋਕ ਹੀ ਨਹੀਂ ਤੁਰਨ ਦਿੰਦੇ। ਦੇਖੋ ਸਹੀ ਗੱਲ ਤਾਂ ਇਹ ਹੈ ਕਿ ਉਹਨਾਂ ਦੀ ਮਜਬੂਰੀ ਵੀ ਹੈ ਬਾਊਂਸਰ ਰੱਖਣੇ, ਲੇਕਿਨ ਬਾਊਂਸਰ ਰੱਖਣਾ ਵਿਦੇਸ਼ਾਂ 'ਚ ਬਾਊਂਸਰ ਰੱਖਣਾ, ਇਹ ਮੈਨੂੰ ਸਮਝ ਨਹੀਂ ਆਉਂਦੀ। ਸਾਡੇ ਇੱਥੇ ਤਾਂ ਚਲੋ ਮੰਨਿਆ ਵੀ ਉਹਨਾਂ ਦੇ ਫੈਨ ਫੋਲੋਅਰ ਬਹੁਤ ਜ਼ਿਆਦਾ ਹੈ, ਤੇ ਉੱਥੇ ਤਾਂ ਕੋਈ ਜਾਣਦਾ ਹੀ ਨਹੀਂ ਉਹਨਾਂ ਨੂੰ। ਹੁਣ ਇੱਥੇ ਵੱਡੇ ਤੋਂ ਵੱਡਾ ਸਿੰਗਰ ਬਿਨਾਂ ਕਿਸੇ ਦੱਸੇ ਚਲਿਆ ਜਾਵੇ, ਉਹ ਸਿਡਨੀ ਚਲਿਆ ਜਾਵੇ, ਮੈਲਬਰਨ ਚਲਿਆ ਜਾਵੇ, ਬ੍ਰਿਸਬੇਨ ਚਲਿਆ ਜਾਵੇ, ਵੈਨਕੂਵਰ ਚਲਿਆ ਜਾਵੇ, ਜਿੱਥੇ ਮਰਜ਼ੀ ਵਿਦੇਸ਼ ਚਲਿਆ ਜਾਵੇ, ਜਦੋਂ ਪਤਾ ਹੀ ਨਹੀਂ ਉਹ ਤੁਰ ਆਰਾਮ ਨਾਲ ਤੁਰਿਆ ਫਿਰੇ, ਸਕਾਈ ਟ੍ਰੇਨ 'ਤੇ ਤੁਰਿਆ ਫਿਰੇ, ਮੈਟਰੋ ਤੁਰਿਆ, ਕਾਰ 'ਤੇ ਤੁਰਿਆ, ਕੋਈ ਕਿਸੇ ਨੂੰ ਲੈਣਾ ਦੇਣਾ ਹੀ ਨਹੀਂ। ਕਿਉਂਕਿ ਉੱਧਰ ਦੀ ਜ਼ਿੰਦਗੀ 'ਚ ਦੂਜੇ ਦੀ ਜ਼ਿੰਦਗੀ ਵੱਲ ਝਾਕਣ ਦਾ ਸਮਾਂ ਹੀ ਨਹੀਂ ਲੋਕਾਂ ਕੋਲ, ਉਹ ਕੰਮਾਂ ਕਾਰਾਂ 'ਚ ਮਸਤ ਲੋਕ ਹੈ, ਉਹ ਵੀਕਐਂਡ 'ਤੇ ਦੋ ਦਿਨ ਉਹਨਾਂ ਕੋਲ ਇੰਜੋਏ ਕਰਦੇ, ਉਹ ਉਦੋਂ ਪਰਿਵਾਰ 'ਚ ਬੈਠੇ ਹੁੰਦੇ, ਪੰਜ ਦਿਨ ਦਫ਼ਤਰਾਂ 'ਚ ਅਤੇ ਦੋ ਦਿਨ ਆਪਣੇ ਪਰਿਵਾਰ 'ਚ ਬੈਠੇ। ਪਰ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਜਿਹੜਾ ਆ ਵੀ ਹਵਾ ਜਾਂ ਚੌੜ ਕਰਨ ਵਾਸਤੇ ਹੀ ਇਹ ਮੈਨੂੰ ਲੱਗਦਾ ਬਾਊਂਸਰ ਲੈਂਦੇ, ਹੋਰ ਤਾਂ ਇਹਨਾਂ ਨੇ ਕੀ? ਮੇਰੇ ਨਿੱਜੀ ਨਜ਼ਰੀਏ ਅਨੁਸਾਰ ਵਿਦੇਸ਼ਾਂ 'ਚ ਜਾ ਕੇ ਜਿਹੜੇ ਬਾਊਂਸਰ ਲਏ ਜਾਂਦੇ ਆ, ਉਹ ਤਾਂ ਮਹਿਜ਼ ਆਪਣੇ ਭਾਈਚਾਰੇ ਦੇ ਵਿੱਚ ਆਪਣੇ ਆਪ ਨੂੰ ਦਬਦਬਾ ਹਾਸਲ ਕਰਨ, ਸੁਪਰਮੇਸੀ ਜਾਂ ਆਪਣੇ ਆਪ ਨੂੰ ਵੱਡਾ ਦਿਖਾਉਣ ਵਾਲੀ ਉਹ ਗੱਲ ਹੈ, ਅਤੇ ਖਰਚਾ ਵੀ ਤਾਂ ਹੁੰਦਾ, ਖਰਚਾ ਫਿਰ ਇਹ ਆਪ ਤਾਂ ਕਰਦੇ ਨਹੀਂ, ਜਿਹੜੇ ਪ੍ਰਮੋਟਰ ਹੈ ਉਹਨਾਂ ਨੂੰ ਕਹਿੰਦੇ ਹਾਂ ਵੀ ਸਾਨੂੰ ਇੰਨੇ ਬਾਊਂਸਰ ਵੀ ਚਾਹੀਦੇ ਆ। ਆ ਜਿਵੇਂ ਤੁਸੀਂ ਦੱਸਿਆ ਉਹ ਮਤਲਬ ਹੋਟਲ ਦਾ ਨਾਮ ਵੀ ਦਿੰਦੇ ਆ ਵੀ ਫਲਾਣੇ ਹੋਟਲ 'ਚ ਸਾਨੂੰ ਠਹਿਰਾਓ ਚਾਹੀਦਾ, ਆਹ ਖਾਣਾ ਮੈਨਿਊ ਚਾਹੀਦਾ, ਉਹਨਾਂ ਨੂੰ ਪਤੰਦਰਾਂ ਨੂੰ ਪੁੱਛੇ ਵੀ ਬਠਿੰਡੇ ਜਾ ਕੇ ਖਾਣਾ ਖਾ ਕੇ ਦਿਖਾਓ, ਨਹੀਂ ਜੀ ਆਪਣੇ ਪੈਸੇ ਦੀ ਜਾਣ, ਫਿਰ ਵੀ ਪੁੱਛੇ ਵੀ ਕਿੰਨਾ। ਮੈਂ ਉਹੀ ਤਾਂ ਕਹਿੰਦਾ ਵੀ ਉਹਨਾਂ ਨੂੰ ਮਤਲਬ ਗੱਲ ਇਹ ਹੈ ਕਿ ਮਿਸਯੂਜ਼ ਜਿਹੜੀ ਹੈ ਹਰ ਇਨਸਾਨ ਦੇ ਫਿਤਰਤ 'ਚ ਹੈ, ਜਿਹੜੇ ਤਾਂ ਸਹਿਜ ਸੰਜਮ 'ਚ ਰਹਿਣ ਵਾਲੇ ਬੰਦੇ ਹੈ ਜਾਂ ਗੁਰੂ ਆਸ਼ੇ ਅਨੁਸਾਰ ਆਪਣੀ ਜ਼ਿੰਦਗੀ ਬਸਰ ਕਰਨ ਵਾਲੇ ਬੰਦੇ ਆ, ਉਹ ਪਰਮਾਤਮਾ ਨੂੰ ਯਾਦ ਰੱਖਦੇ, ਉਹ ਧਰਤੀ ਨਾਲ ਜੁੜੇ ਹੀ ਰਹਿੰਦੇ ਆ। ਮੈਂ ਤੁਹਾਨੂੰ ਉਹੀ ਇੱਕ ਗੱਲ ਜਿਹੜੀ ਸਾਂਝੀ ਕਰਨਾ ਚਾਹੁੰਦਾ, ਗੁਰਪ੍ਰੀਤ ਘੁੱਗੀ ਜਿਹੜੇ ਮਸ਼ਹੂਰ ਐਕਟਰ ਨੇ, ਉਹਨਾਂ ਕਮੇਡੀਅਨ ਨੇ, ਉਹਨਾਂ ਦਾ ਇਹ ਕਹਿਣਾ ਸੀਗਾ ਕਿਸੇ ਨੇ ਉਹਨਾਂ ਨੂੰ ਕੁਐਸਚਨ ਜਾਂ ਕੀਤਾ ਸੀ ਇੱਕ ਪ੍ਰੈਸ ਕਾਨਫਰੰਸ 'ਚ ਗਏ, ਉੱਥੇ ਕੁਐਸਚਨ ਕੀਤਾ ਵੀ ਕਦੇ ਤੁਸੀਂ ਜਿਹੜਾ ਸਟਾਰ ਜਿਹੜੀ ਫੈਸਿਲਿਟੀਆਂ ਮਾਣੀਆਂ ਨੇ, ਕਦੇ ਤੁਸੀਂ ਏ ਕਲਾਸ ਟਿਕਟ 'ਚ ਜਹਾਜ਼ ਸਫ਼ਰ ਕੀਤਾ, ਤਾਂ ਉਹਨਾਂ ਨੇ ਕਿਹਾ ਵੀ ਮੈਂ ਆਪਣੇ ਪੈਸੇ ਦਾ ਤਾਂ ਨਹੀਂ ਕਦੇ ਕੀਤਾ, ਹਾਂ ਜੇ ਕੋਈ ਪ੍ਰਮੋਟ ਕਰਦਾ ਜਾਂ ਕੋਈ ਦਿੰਦਾ ਹੈ ਤਾਂ ਜ਼ਰੂਰ ਕਰ ਲਈਦਾ। ਕਹਿਣ ਦਾ ਮਤਲਬ ਇਹ ਆ ਵੀ ਆਪਣੇ ਪੈਸੇ ਨੂੰ ਇਹ ਉਸੇ ਤਰ੍ਹਾਂ ਸਾਰੇ ਸਿੰਗਰ ਜਿਹੜੇ ਵਰਤਦੇ, ਉਹਨਾਂ ਨੇ ਸੱਚ ਦੱਸਤਾ, ਬਹੁਤ ਸਾਰੇ ਸੱਚ ਨਹੀਂ ਦੱਸਦੇ, ਪਰ ਜਿਹੜੇ ਇਹ ਜਿਹੜੇ ਆਮ ਜਿਹੜੇ ਸਿੰਗਰ ਹੁੰਦੇ ਨੇ ਜਿਨ੍ਹਾਂ ਨੇ ਕਦੇ ਫਸਟ ਕਲਾਸ 'ਚ ਸਫ਼ਰ ਨਹੀਂ ਕੀਤਾ ਹੁੰਦਾ ਜਾਂ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਵੀ ਕਿਵੇਂ ਟ੍ਰੀਟ ਕਰਨਾ, ਉਹ ਰੈੱਡ ਕਾਰਪੇਟ ਵੀ ਮੰਗਦੇ ਨੇ ਉੱਥੇ ਜਾ ਕੇ। ਇੱਕ ਗੱਲ ਹੋਰ ਬੜੀ ਜਿਹੜੀ ਸਾਹਮਣੇ ਆ ਰਹੀ ਆ ਵੀ ਚਲੋ ਇਹਨਾਂ ਦਾ ਕਹਾਣਾ ਕਈ ਸਿੰਗਰਾਂ ਦੇ ਨਾਮ ਮੈਂ ਨਹੀਂ ਲੈਣਾ ਚਾਹੁੰਦਾ, ਪਰ ਸਾਨੂੰ ਇਹ ਪਤਾ ਆ ਕਿਉਂਕਿ ਉੱਥੇ ਦੇ ਪ੍ਰਮੋਟਰਸ ਨਾਲ ਜਿਵੇਂ ਸਾਡੀ ਗੱਲ ਹੋਈ ਆ ਵੀ ਉੱਥੇ ਜਾ ਕੇ ਵਿਦੇਸ਼ਾਂ ਦੇ ਵਿੱਚ ਇਹ ਡਿਮਾਂਡ ਰੱਖਦੇ ਨੇ ਵੀ ਸਾਡੇ ਨਾਲ ਜਿਹੜਾ ਸਿਕਿਉਰਿਟੀ 'ਚ ਹੋਵੇ ਜਾਂ ਸਾਡਾ ਡਰਾਈਵਰ ਹੋਵੇ ਉਹ ਕੋਈ ਇੰਡੀਅਨ ਨਹੀਂ ਹੋਣਾ ਚਾਹੀਦਾ, ਉਹ ਕੋਈ ਗੋਰਾ ਹੋਣਾ ਚਾਹੀਦਾ। ਬਿਲਕੁਲ ਠੀਕ ਹੈ, ਇਹਦੇ 'ਚ ਤਰਕ ਮਤਲਬ ਦਿੱਤਾ ਜਾ ਸਕਦਾ ਜਾਂ ਉਹਨਾਂ ਦੀ ਮਨਸ਼ਾ ਇਹ ਹੋ ਸਕਦੀ ਹੈ ਕਿ ਜੇ ਕੋਈ ਪੰਜਾਬੀ ਡਰਾਈਵਰ ਸਾਡੀ ਗੱਡੀ ਡਰਾਈਵ ਕਰੂਗਾ ਉਹ ਸਾਡੀਆਂ ਗੱਲਾਂ ਸੁਣੂਗਾ, ਤੇ ਗੱਲਾਂ ਤਾਂ ਇਹਨਾਂ ਨੇ ਨਾ ਇਹ ਜੇ ਗੱਲਾਂ ਕਰੋ ਨਹੀਂ, ਮਤਲਬ ਹੁਣ ਜੇ ਫਰਜ਼ ਕਰੋ ਤੁਹਾਡਾ ਮਨ ਸਾਫ਼ ਹੈ, ਤੁਸੀਂ ਆਰਾਮ ਨਾਲ ਆਪਣੇ ਗੱਡੀ ਤੇ ਬਹਿ ਕੇ ਆਪਣੀ ਮੰਜ਼ਿਲ ਤੇ ਪਹੁੰਚਣਾ ਤੇ ਮੰਜ਼ਿਲ ਤੇ ਜਾ ਕੇ ਜੋ ਮਰਜ਼ੀ ਕਰ ਲਓ, ਤੁਹਾਨੂੰ ਗੋਰੇ ਡਰਾਈਵਰ ਜਾਂ ਗੋਰੀ ਡਰਾਈਵਰ ਦੀ ਕੀ ਲੋੜ ਪੈਗੀ? ਤੇ ਇਹ ਬੜੀ ਮਾੜੀ ਅਟੈਂਸ਼ਨ ਹੈ, ਇਹ ਆਪਣੇ ਮਤਲਬ ਭਾਈਚਾਰੇ ਨੂੰ ਵੀ ਚੋਟ ਮਾਰਨ ਵਾਲੀ ਗੱਲ ਹੈ, ਇਹਦਾ ਮਤਲਬ ਉਹਨਾਂ ਨੂੰ ਭਰੋਸਾ ਨਹੀਂ ਸਾਡੇ ਪੰਜਾਬੀ ਡਰਾਈਵਰਾਂ ਤੇ, ਆਹੀ ਗੱਲ ਆਹੀ ਗੱਲ ਹੈ ਬਿਲਕੁਲ ਜੀ। ਦੇ ਜੇ ਪੰਜਾਬੀ 'ਚ ਜੇ ਆਖੀਏ ਜਾਂ ਸਪਸ਼ਟ ਸ਼ਬਦਾਂ 'ਚ ਆਖੀਏ, ਇਹ ਜਿਹੜੇ ਕਲਾਕਾਰ ਆ ਜਾਂ ਇਹ ਜਿਹੜੇ ਐਕਟਰ ਆ ਜਾਂ ਫਿਲਮੀ ਪ੍ਰੋਡਿਊਸਰ ਆ ਜਾਂ ਫਿਲਮੀ ਜਗਤ ਨਾਲ ਜੁੜੇ ਲੋਕ ਆ, ਜੇ ਉੱਥੇ ਜਾ ਕੇ ਗੋਰੇ ਜਾਂ ਗੋਰੀ ਡਰਾਈਵਰ ਦੀ ਮੰਗ ਕਰਦੇ ਆ, ਇਸ ਤੋਂ ਮੰਦੀ
ਭਾਵਨਾ ਸਾਡੇ ਪੰਜਾਬੀ ਭਾਈਚਾਰੇ ਲਈ ਕੋਈ ਹੋ ਹੀ ਨਹੀਂ ਸਕਦੀ। ਤਾਂ ਇਹਨਾਂ ਨੂੰ ਸਮਝਣਾ ਚਾਹੀਦਾ ਹੈ। ਮਤਲਬ ਸਿੱਧਾ ਸਿੱਧਾ ਇਹ ਲੱਗਦਾ ਹੈ ਕਿ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਤਰ੍ਹਾਂ ਅਸੀਂ ਦੂਜੇ ਪਾਸੇ ਨੂੰ ਜੇ ਦੇਖੀਏ ਤਾਂ ਇਹ ਨਸਲੀ ਵਿਵਾਦ ਵੀ ਹੈਗਾ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਸ਼ਾਇਦ ਇਹ ਇਹਨਾਂ 'ਤੇ ਭਰੋਸਾ ਨਹੀਂ ਹੈਗਾ। ਜੇ ਕੋਈ ਹੁਣ ਇੱਕ ਇੰਡੀਅਨ 'ਤੇ ਭਰੋਸਾ ਨਹੀਂ ਕਰਦਾ ਜਾਂ ਇੱਕ ਪੰਜਾਬੀ 'ਤੇ ਭਰੋਸਾ ਨਹੀਂ ਕਰੂਗਾ ਤਾਂ ਫਿਰ ਕਰੂਗਾ ਕੌਣ? ਫਿਰ ਅਸੀਂ ਗੋਰਿਆਂ 'ਤੇ ਮਤਲਬ ਭਰੋਸੇ ਕਰਨ ਜੋਗੇ ਹੋ ਗਏ ਅਤੇ ਸਾਡੇ ਆਪਣੇ ਸਾਡੇ ਮਾੜੇ ਨੇ, ਉਹੀ ਮਾੜੇ ਨੇ ਲੋਕ ਜਿਹੜੇ ਸਾਨੂੰ ਪੈਸਾ ਦਿੰਦੇ ਨੇ, ਉਹੀ ਮਾੜੇ ਨੇ ਜਿਹੜੇ ਸਾਨੂੰ ਉੱਥੇ ਪ੍ਰਮੋਟ ਕਰਦੇ ਨੇ, ਉਹੀ ਮਾੜੇ ਨੇ ਜਿਹੜੇ ਸਾਡੀਆਂ ਸਟੇਜ ਸ਼ੋਆਂ ਕਰਾਉਂਦੇ ਨੇ ਉੱਥੇ ਕਿ ਨਹੀਂ। ਬਿਲਕੁਲ ਇਸ ਤਰੀਕੇ ਨਾਲ ਤਾਂ ਫਿਰ ਮੈਨੂੰ ਲੱਗਦਾ ਵੀ ਅੱਗੇ ਤੋਂ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਅਵੇਅਰ ਹੋਣਾ ਪਵੇਗਾ ਜਿਹੜੇ ਪ੍ਰਮੋਟਰ ਨੇ ਜਾਂ ਇਹਨਾਂ ਨੂੰ ਲੈ ਕੇ ਜਾਂਦੇ ਨੇ ਜਿਹੜੇ। ਨਹੀਂ ਖੈਰ ਇੱਦਾਂ ਸਾਰੇ ਲੋਕ ਤਾਂ ਮਾੜੇ ਵੀ ਨਹੀਂ ਹੁੰਦੇ, ਚੰਗੇ ਵੀ ਬਥੇਰੇ ਹੁੰਦੇ ਆ। ਮੈਂ ਆਪਣੀ ਇੱਕ ਕਹਾਣੀ ਤੁਹਾਨੂੰ ਸਿੰਗਰ ਦੀ ਗੱਲ ਕਰ ਰਿਹਾ, ਮੈਂ ਉਹੀ ਗੱਲ ਕਹਿਣੀ ਚਾਹੁੰਦਾ ਨਾ ਜਿਹੜੀ ਆਪਾਂ ਮਤਲਬ ਨਸਰੀ ਵਿਤਕਰੇ ਦੀ ਗੱਲ ਕਰਦੇ ਹਾਂ ਵੀ ਉਹ ਗੋਰੇ ਜਾਂ ਗੋਰੀਆਂ ਨੂੰ ਤਰਜੀਹ ਦਿੰਦੇ ਆ, ਪੰਜਾਬੀਆਂ ਤੋਂ ਮੁਨਕਰ ਹੁੰਦੇ ਆ, ਉਹਨਾਂ ਦੀ ਅਟੈਨਸ਼ਨ ਕੋਈ ਹੋ ਸਕਦੀ ਹੈ। ਲੇਕਿਨ ਇੱਕ ਇਹ ਵੀ ਗੱਲ ਸਪਸ਼ਟ ਹੈ, ਜਿੰਨਾ ਸ਼ੋਸ਼ਣ ਵਿਦੇਸ਼ਾਂ ਦੇ ਵਿੱਚ ਭਾਰਤੀ ਦਾ ਕਰੇਗਾ, ਗੋਰੇ ਨਹੀਂ ਕਰਦੇ। ਇਹ ਗੱਲ ਸਪਸ਼ਟ ਹੈ, ਮੈਂ ਐਨ ਪੂਰੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿਣਾ, ਕਿਉਂਕਿ ਮੇਰੀ ਆਪਣੀ ਬੀਤੀ ਕਹਾਣੀ ਹੈ। ਮੈਨੂੰ ਇੱਕ ਵਾਰ ਮੌਕਾ ਮਿਲ ਗਿਆ ਲੰਡਨ ਜਾਣ ਦਾ, ਮੈਂ ਯੂਰਪ ਤੋਂ ਗਿਆ ਸੀ ਅਤੇ ਲੰਡਨ ਤੋਂ ਮੈਂ ਜਾਣਾ ਸੀ ਹੇਜ਼, ਅਤੇ ਮੈਨੂੰ ਪਤਾ ਸੀ ਕਿ ਉੱਥੋਂ ਦਾ ਕਿਰਾਇਆ ਮੈਨੂੰ ਦੱਸਦਾ ਸੀ ਕਿ 25 ਜਾਂ 30 ਜਿਹੜੇ ਪਾਉਂਡ ਉਹ ਲੈਣਗੇ ਜੇ ਟੈਕਸੀ 'ਤੇ ਜਾਓਗੇ। ਅਤੇ ਉਹ ਬੰਦਾ ਮੇਰੇ ਤੋਂ 55 ਹੈ, ਪੰਜਾਬੀ ਸੀ ਬੰਦਾ ਡਰਾਈਵਰ, ਕਹਿੰਦਾ ਜੀ 55 ਪਾਊਂਡ ਲਊਂਗਾ ਮੈਂ। ਮੈਂ ਖੈਰ ਬਹੁਤ ਜ਼ਿਆਦਾ ਵੀ, ਇਹ ਤਾਂ 30-35 ਰੁਪਏ ਦੇ ਰੇਟ ਆ ਤੁਹਾਡਾ, ਤੁਸੀਂ ਜ਼ਿਆਦਾ ਮੰਗਦੇ ਹੋ। ਕਹਿੰਦਾ ਨਹੀਂ ਜੀ, ਕਹਿੰਦਾ ਮੈਂ ਖੈਰ ਸੋਰੀ ਮੈਂ ਤੇਰੇ ਨਾਲ ਜਾਣਾ ਨਹੀਂ। ਅਤੇ ਉਹਦੀ ਵਾਰਡਿੰਗ ਪਤਾ ਕੀ ਸੀ? ਕਹਿੰਦਾ ਇਸੇ ਕਰਕੇ ਤਾਂ ਅਸੀਂ ਤਰੱਕੀ ਨਹੀਂ ਕਰਦੇ ਵੀ ਤੁਸੀਂ ਸਾਡੇ 'ਤੇ ਭਰੋਸਾ ਨਹੀਂ ਕਰਦੇ। ਮੈਂ ਕਿਹਾ ਭਰਾ ਉਰੇ ਆ ਗੱਲ ਸੁਣ, ਮੈਂ ਕਿਹਾ ਤੂੰ ਮੈਨੂੰ ਜਾਣਦਾ? ਕਹਿੰਦਾ ਨਹੀਂ। ਮੈਂ ਕਿਹਾ ਮੈਂ ਵੀ ਨਹੀਂ ਤੈਨੂੰ ਜਾਣਦਾ, ਤੂੰ ਪੰਜਾਬੀ ਚਿਹਰਾ, ਤੈਨੂੰ ਦੇਖ ਕੇ ਮੈਨੂੰ ਕੀ ਪਤਾ ਤੂੰ ਪੰਜਾਬੀ ਹੈ ਕਿ ਪਾਕਿਸਤਾਨੀ ਹੈ, ਵੀ ਮੈਂ ਤੇਰੇ ਨਾਲ ਨਹੀਂ ਜਾਣਾ, ਤੇਰੀ ਜ਼ਬਰਦਸਤੀ ਹੈ ਕੋਈ? ਮੈਂ ਕਿਹਾ ਮੈਂ ਪੁਲਿਸ ਨੂੰ ਕਾਲ ਕਰਦਾ। ਉਹ ਡਰ ਗਿਆ ਅਤੇ ਮੈਂ ਜੀ ਉੱਥੇ ਇਨਫੋਰਮੇਸ਼ਨ ਦਫ਼ਤਰ ਗਿਆ, ਉੱਥੇ ਕਲਕੱਤੇ ਨਾਲ ਸੰਬੰਧਿਤ ਦੋ ਨੌਜਵਾਨ ਬੈਠੇ ਸੀ, ਉਹਨਾਂ ਨੇ ਦੇਖ ਲਿਆ ਕਿ ਇੰਡੀਅਨ ਬੰਦਾ, ਪੰਜਾਬੀ ਆ ਬੰਦਾ। ਉਹ ਕਹਿੰਦੇ ਸਰਦਾਰ ਜੀ ਕਿੱਥੇ ਜਾਣਾ? ਮੈਂ ਕਿਹਾ ਜੀ ਮੈਂ ਹੇਜ਼ ਜਾਣਾ। ਅਤੇ ਬਾਈ ਜੀ ਉਹਨਾਂ ਨੇ ਮੈਨੂੰ ਗਾਈਡ ਕੀਤਾ, ਮੈਨੂੰ ਮੈਟਰੋ ਸਟੇਸ਼ਨ ਦਾ ਟੋਟਲ ਉਹਨਾਂ ਨੇ ਮੈਪ ਦਿੱਤਾ, ਅਤੇ ਮੈਨੂੰ ਕਹਿੰਦੇ ਜੀ ਤੁਸੀਂ 10 ਪਾਊਂਡ ਦਾ ਇੱਕ ਜਿਹੜਾ ਕੈਂਪਸ ਕਾਰਡ ਲੈ ਲਓ ਸਕਾਈ ਟ੍ਰੇਨ ਦਾ, 5 ਪਾਊਂਡ ਦੀ ਸਿਕਿਉਰਿਟੀ ਅਤੇ 5 ਪਾਊਂਡ ਦੇ ਵਿੱਚ ਤੁਸੀਂ ਹੇਜ਼ ਪਹੁੰਚ ਜਾਓਗੇ। ਜਿੱਥੋਂ ਮੈਂ ਤੁਰਨਾ ਸੀ ਉੱਥੋਂ 13ਵਾਂ ਸਟੇਸ਼ਨ ਸੀ ਮੇਰਾ, ਤੁਸੀਂ ਲਾ ਲਓ ਕਿ ਕਿੱਥੇ 55 ਪਾਊਂਡ ਅਤੇ ਕਿੱਥੇ 2.80 ਸੈਂਟ, ਉਹਦੇ 'ਚ ਮੈਂ ਹੇਜ਼ ਪਹੁੰਚ ਗਿਆ ਰਾਤ ਨੂੰ। ਅਤੇ ਮੈਂ ਮੇਰਾ ਪਹਿਲੀ ਵਾਰ ਜ਼ਿੰਦਗੀ ਸਾਡੇ ਪੰਜਾਬੀ ਹੀ ਪੰਜਾਬੀਆਂ ਨੂੰ ਮਤਲਬ ਡਿਸਟਰਬ ਕਰਦੇ ਆ, ਇਹ ਗੱਲ ਮੰਨਣਯੋਗ ਗੱਲ ਹੈ। ਪਰ ਜਿਹੜੇ ਹੁਣ ਆਪਾਂ ਆਪਣਾ ਜਿਹੜਾ ਟੋਪਿਕ ਆ ਉਸਦੀ ਉਹ ਗੱਲ ਕਰਦੇ ਹਾਂ, ਕਿਉਂਕਿ ਜਿਹੜੇ ਸਿੰਗਰ ਨੇ ਹੁਣ ਇਹ ਗਾਣੇ ਗਾਉਣ ਤੋਂ ਇਹ ਹਟਦੇ ਨਹੀਂ ਕਿਉਂਕਿ ਲੋਕ ਉਹੋ ਜਿਹੀ ਡਿਮਾਂਡ ਕਰ ਰਹੇ ਨੇ, ਫਿਰ ਸਲਿਊਸ਼ਨ ਕੀ ਹੈ? ਕਿਵੇਂ ਇਹ ਜਿਹੜਾ ਸਟੋਪ ਲੱਗੂਗਾ ਇਸ ਉੱਤੇ? ਅਸੀਂ ਗੱਲ ਤਾਂ ਬੜੀ ਕਰਦੇ ਹਾਂ ਵੀ ਸਾਨੂੰ ਪੰਜਾਬੀ ਬੋਲੀ ਨੂੰ ਪਿਆਰ ਕਰਨਾ ਚਾਹੀਦਾ, ਪੰਜਾਬੀ ਲਿਖਣੀ ਚਾਹੀਦੀ ਹੈ, ਬੜੇ ਬੜੇ ਧਰਮ ਦੇ ਠੇਕੇਦਾਰ ਜਾਂ ਸੀਗੇ ਪੰਜਾਬੀ ਦੇ ਠੇਕੇਦਾਰ ਉੱਠ ਕੇ ਜਿਹੜੇ ਨਾਅਰੇ ਲਾ ਦਿੰਦੇ ਨੇ, ਪਰ ਇਹਨਾਂ ਨੂੰ ਜਦ ਉਹ ਨਾਰਾ ਸਵੇਰੇ ਨਾਰਾ ਲਾਉਂਦੇ ਨੇ ਵੀ ਸਾਨੂੰ ਅਸੀਂ ਇਹ ਲੱਚਰਤਾ ਨਹੀਂ ਫੈਲਾਉਣ ਦੇਣੀ, ਅਸੀਂ ਸਿੰਗਰ ਨਹੀਂ ਲਾਉਣ ਦੇਣੇ, ਸ਼ਾਮ ਨੂੰ ਉਹਨਾਂ ਦੀ ਪਾਰਟੀ 'ਚ ਸਿੰਗਰ ਲੱਗਿਆ ਹੁੰਦਾ। ਬਿਲਕੁਲ ਕਹਿਣੀ ਦੇ ਕਥਨੀ 'ਚ ਬੜਾ ਫਰਕ ਪੈ ਗਿਆ ਸਾਡੇ ਲੋਕਾਂ ਦਾ, ਅਸੀਂ ਕਹਿੰਦੇ ਬਹੁਤ ਕੁਛ ਹਾਂ, ਕਰਦੇ ਨਹੀਂ ਗੇ ਜੀ, ਅਮਲ ਨਹੀਂ ਕਰਦੇ ਉਸਦੇ। ਹੁਣ ਮਾਫ਼ ਕਰਨਾ, ਆਪਾਂ ਤੁਸੀਂ ਅਸੀਂ ਆਪਾਂ ਸਾਰੇ ਪੰਜਾਬੀ ਸੂਬੇ 'ਚ ਜੰਮੇ ਹਾਂ, ਪੰਜਾਬ ਦੇ ਜੰਮਪਲ ਹੈ, ਅਤੇ ਅਸੀਂ ਬੱਚੇ ਆਪਣੇ ਇੰਗਲਿਸ਼ ਮਾਧਿਅਮ ਸਕੂਲਾਂ 'ਚ ਪੜ੍ਹਾਉਂਦੇ ਹਾਂ, ਵਿਦੇਸ਼ਾਂ 'ਚ ਪੜ੍ਹਾ ਰਹੇ ਹਾਂ। ਕਾਰਨ ਇਹ ਨਹੀਂ ਕਿ ਅਸੀਂ ਪੰਜਾਬੀ ਭਾਸ਼ਾ ਜਾਂ ਪੰਜਾਬੀ ਨੂੰ ਪਿਆਰ ਨਹੀਂ ਕਰਦੇ, ਕਾਰਨ ਇਹ ਆ ਕਿ ਅਸੀਂ ਆਉਣ ਵਾਲੇ ਸਮੇਂ ਨੂੰ ਸਾਹਮਣੇ ਰੱਖ ਕੇ ਆਪਣੇ ਬੱਚਿਆਂ ਨੂੰ ਉਹ ਤਾਲੀਮ ਦੇ ਰਹੇ ਹਾਂ ਜਿਹੜੀ ਉਹਨਾਂ ਦੇ ਕੰਮ ਆਊਗੀ, ਕਿ ਸਾਡੇ ਸਮੇਂ ਜੋ ਅਸੀਂ ਸਰਕਾਰੀ ਸਕੂਲਾਂ 'ਚ ਪੜ੍ਹੇ ਉਹਦੇ ਮੁਤਾਬਕ ਅਸੀਂ ਆਪਣੀ ਜ਼ਿੰਦਗੀ ਬਸਰ ਕਰ ਲਈ। ਲੇਕਿਨ ਅੱਗੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਤਾਂ ਅਸੀਂ ਸੋਚਦੇ ਹਾਂ, ਸਾਰੇ ਪੰਜਾਬੀ ਸਾਰੀ ਦੁਨੀਆ ਸੋਚਦੀ ਹੈ, ਲੇਕਿਨ ਗੋਰੇ ਨਹੀਂ ਸੋਚਦੇ। ਉਹ ਤਾਂ ਕਹਿੰਦੇ ਬੱਚਾ ਜੰਮ ਗਿਆ ਠੀਕ ਹੈ, 16 ਸਾਲ ਤੱਕ ਤੂੰ ਮੇਰਾ ਬੱਚਾ, 17ਵੇਂ ਸਾਲ ਜਾਏਗਾ ਜਾਂ ਕਿਰਾਇਆ ਪੇ ਕਰ ਜਾਂ ਆਪਣਾ ਰੈਂਟ 'ਤੇ ਰਹਿ ਲਾ ਕਿਤੇ। ਅਤੇ ਸਾਡੇ ਇੱਥੇ ਤਾਂ ਅਸੀਂ ਤਾਂ ਮਤਲਬ 3-3 ਪੀੜ੍ਹੀਆਂ ਤੱਕ ਕਮਾਈ ਜਾਂਦੇ ਇਹਨਾਂ ਨੂੰ। ਅਕਰੀ ਸਾਹਿਬ ਹੁਣ ਗੱਲ ਤਾਂ ਮੇਨ ਇਸੇ ਆਉਂਦੀ ਹੈ ਕਿ ਇਹ ਸਿੰਗਰ ਜੋ ਹੈ ਜਿਨ੍ਹਾਂ ਉੱਤੇ ਹੁਣ ਇੱਦਾਂ ਮਿਸਬਿਹੇਵ ਹੁੰਦਾ, ਹਮਲੇ ਹੁੰਦੇ ਨੇ ਜਾਂ ਰੋਕਾਂ ਲਾਈਆਂ ਜਾ ਰਹੀਆਂ ਨੇ ਸਾਡੇ ਇਸ ਤਰੀਕੇ ਨਾਲ, ਤਾਂ ਬਹੁਤ ਸਾਰੇ ਐਸੇ ਚੰਗੇ ਸਿੰਗਰ ਆ ਜਿਹੜਾ ਉਹਨਾਂ ਨੂੰ ਵੀ ਔਖਾ ਹੋਣਾ ਜਾਊਗਾ ਫਿਊਚਰ ਦੇ ਵਿੱਚ, ਇਸ ਦਾ ਹੱਲ ਕੀ ਹੋ? ਮੈਂ ਇਸ ਮੰਚ ਤੋਂ ਇੱਕ ਗੱਲ ਕਹਿਣੀ ਚਾਹੁੰਦਾ, ਹਰਭਜਨ ਮਾਨ, ਗੁਰਦਾਸ ਮਾਨ, ਸਤਿੰਦਰ ਸਰਤਾਜ ਜਾਂ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨ ਇਸ ਸਮਾਜ 'ਚ ਨਹੀਂ ਰਹੇ, ਮਨਮੋਹਨ ਵਾਰਸ ਹੈ, ਇਹ ਬੰਦੇ ਜਿੱਥੇ ਮਰਜ਼ੀ ਤੁਰ ਲੈਣ, ਨਾ ਤਾਂ ਇਹਨਾਂ ਨੂੰ ਬਾਉਂਸਰ ਦੀ ਲੋੜ ਹੈ, ਨਾ ਇਹਨਾਂ ਨੂੰ ਕਿਸੇ ਤੋਂ ਖਤਰਾ ਹੈ, ਕਿਉਂ ਖਤਰੇ ਵਾਲੀ ਗੱਲ ਹੀ ਨਹੀਂ ਕੀਤੀ ਇਹਨਾਂ ਨੇ ਕਦੇ, ਖਤਰੇ ਵਾਲੀ ਗੱਲ ਕੀਤੀ ਨਹੀਂ। ਪੰਜਾਬੀ ਭਾਈਚਾਰਾ, ਸਮੁੱਚਾ ਭਾਈਚਾਰਾ ਇਹਨਾਂ ਨੂੰ ਪਿਆਰ ਕਰਦਾ, ਅਤੇ ਮਤਲਬ ਨਫ਼ਰਤ ਤਾਂ ਉੱਥੇ ਹੀ ਹੋਊਗੀ ਜਿਹੜਾ ਮਤਲਬ ਪੰਜਾਬੀ ਦੇ ਉਲਟ ਜਾ ਕੇ ਕੋਈ ਗੱਲ ਕਰੂਗਾ।
ਠੀਕ ਹੈ, ਜਿਹੜਾ ਗੰਡਾਸੇ ਚੁਕਾਉਂਦਾ ਜਾਂ ਗੰਡਾਸੇ ਚੁਕਾਉਂਦਾ ਹਥਿਆਰ ਚੁਕਾਉਂਦਾ ਜਾਂ ਮਤਲਬ ਉਹ ਪਤਾ ਨਹੀਂ ਬੋਲਣਾ ਵੀ ਚੰਗਾ ਨਹੀਂ ਲੱਗਦਾ ਇਹੋ ਜਿਹੇ ਸ਼ਬਦ ਵਰਤਦੇ ਉਹ ਤੇ ਪਰਿਵਾਰ 'ਚ ਬਹਿ ਕੇ ਸੁਣੇ ਵੀ ਨਹੀਂ ਜਾਂਦੇ, ਲੇਕਿਨ ਸਾਡੇ ਬੱਚੇ ਸਾਡੀ ਜਨਰੇਸ਼ਨ ਉਹਨੂੰ ਸੁਣਦੀ ਹੈ। ਪਰ ਇਹ ਜੇ ਫਿਰ ਸਿੰਗਰਾਂ ਦੀ ਗੱਲ ਉਹੀ ਤਾਂ ਮੈਂ ਦੁਬਾਰਾ ਫਿਰ ਉਹੀ ਗੱਲ ਆਉਂਦੀ ਆ ਵੀ ਹੁਣ ਹੱਲ ਕੀ ਹੈ ਇਹਨਾਂ ਦਾ, ਮੇਨ ਤਾਂ ਗੱਲ ਇਹ ਹੈ। ਦੇਖੋ ਹੱਲ ਤਾਂ ਜੇ ਫਿਲਮ ਇੰਡਸਟਰੀ ਸੈਂਸਰ ਬੋਰਡ ਬਣ ਸਕਦਾ ਅਤੇ ਪੰਜਾਬੀ ਸਿੰਗਰਾਂ ਦੇ ਉੱਤੇ ਬੋਰਡ ਬਣਨਾ ਚਾਹੀਦਾ, ਬੋਰਡ ਮੇਰਾ ਖਿਆਲ ਹੈਗਾ ਤਾਂ ਹੈ, ਕੋਈ ਉਦੋਂ ਮੰਨਦਾ ਨਹੀਂ ਮਾਨਤਾ ਨਹੀਂ ਕੋਈ ਲੈਂਦਾ। ਜੇ ਕੋਈ ਇੱਦਾਂ ਦਾ ਬੋਰਡ ਬਣੇ ਉਹ ਬੋਰਡ ਦੇਖੇ ਕਿ ਗਾਣੇ ਸਾਡੀ ਸੋਸਾਇਟੀ ਨੂੰ ਸਾਡੇ ਸਮਾਜ ਨੂੰ ਸਾਡੇ ਧਰਮ ਨੂੰ ਜਾਂ ਕਿਸੇ ਦੂਜੇ ਧਰਮ ਨੂੰ ਹਰਟ ਤਾਂ ਨਹੀਂ ਕਰਦੇ, ਦੂਜੀ ਮਜ਼ਹਬ ਨੂੰ ਹਰਟ ਤਾਂ ਨਹੀਂ ਕਰਦੇ, ਅਤੇ ਇੱਥੇ ਜੱਟਵਾਦ ਬਾਹਮਣਵਾਦ ਹੋਰ ਤਾਂ ਹੋਰ ਛੱਡੋ, ਦਲਿਤਾਂ ਦੇ ਬੱਚੇ ਵੀ ਕੁਛ ਇੱਦਾਂ ਦੇ ਗਾਣੇ ਗਾਉਣ ਲੱਗ ਗਏ ਸੀ, ਮਤਲਬ ਰੀਸੋ ਰੀਸ, ਮਤਲਬ ਕੰਪੀਟੀਸ਼ਨ 'ਚ ਨਹੀਂ ਸਾਨੂੰ ਜਾਣਾ ਚਾਹੀਦਾ। ਜੋ ਰਿਐਲਿਟੀ ਹੈ ਉਹ ਸਾਨੂੰ ਵਿਆਖਿਆ ਕਰਨੀ ਚਾਹੀਦੀ ਹੈ ਆਪਣੀ ਕਲਾ ਨਾਲ, ਜੋ ਇਤਿਹਾਸਿਕ ਤੱਥਾਂ ਉਹਨਾਂ ਨੂੰ ਸਾਹਮਣੇ ਲੋਕਾਂ ਦੀ ਸੱਥ, ਕਿਉਂਕਿ ਇਹਨਾਂ ਨੂੰ ਜਾਂ ਹਥਿਆਰ ਚੱਕਿਆ ਦੇਖਦੇ ਹਾਂ ਜ਼ਿਆਦਾ, ਇਹ ਕਹਿੰਦੇ ਨੇ ਵੀ ਸਾਡਾ ਗਰੁੱਪ ਘੁੰਮਦਾ ਹੈ ਜਾਂ ਅਸੀਂ ਗੋਲੀ ਉੱਥੇ ਚਲਾਉਂਦੇ ਹਾਂ ਪਾਬੰਦੀ ਨਹੀਂ, ਇਹਨੂੰ ਲੱਗਦਾ ਵੀ ਜਿਹੜੇ ਫਿਰ ਯੂਥ ਦੇ ਮੰਤੇ ਜਿਹੜਾ ਥੋੜ੍ਹੀ ਉਮਰ ਦੇ ਬੱਚੇ 18 ਸਾਲ ਤੋਂ 23 ਸਾਲ ਦੀ ਉਮਰ ਜਾਂ 25 ਸਾਲ ਦੀ ਉਮਰ ਉਹਨਾਂ 'ਤੇ ਜ਼ਿਆਦਾ ਅਸਰ ਹੁੰਦਾ, ਤਾਂ ਸ਼ਾਇਦ ਮੈਨੂੰ ਲੱਗਦਾ ਤਾਂ ਇਹ ਜਿਹੜੇ ਸਿੱਟੇ ਨਿਕਲਦੇ ਮੈਂ ਆਪਸ ਵਿੱਚ ਕਲੈਸ਼ ਹੁੰਦਾ ਜਾਂ ਫਿਰ ਇਹਨਾਂ ਨੂੰ ਹੁਣ ਭੁਗਤਣਾ ਪੈ ਰਿਹਾ ਸਿੰਗਰਾਂ ਨੂੰ। ਨਹੀਂ ਬਿਲਕੁਲ, ਇਹਨਾਂ ਦੀ ਬੀਜ ਦੇਖੋ ਜਿਹਾ ਜਿਹਾ ਮੈਂ ਬੀਜੂੰਗਾ ਉਹ ਹੀ ਵੱਢੂੰਗਾ ਨਾ ਜੀ, ਜੇ ਮੈਂ ਮਾੜਾ ਬੀਜੂੰਗਾ ਤਾਂ ਮੈਨੂੰ ਮਾੜਾ ਮਿਲੂਗਾ, ਜੇ ਮੈਂ ਚੰਗਾ ਬੀਜੂੰਗਾ ਤਾਂ ਚੰਗਾ ਮਿਲੂਗਾ। ਜਿਹੜੇ ਇੱਦਾਂ ਦੇ ਸਾਰੇ ਕਲਾਕਾਰ ਤਾਂ ਮੈਂ ਮਾੜੇ ਨਹੀਂ ਕਹਿ ਸਕਦਾ, ਚੰਗੇ ਕਲਾਕਾਰ ਵੀ ਬਹੁਤ ਹੈ। ਹੁਣ ਜੇ ਪਿਛੋਕੜ ਵੱਲ ਝਾਤ ਮਾਰੀਏ, ਸਭ ਤੋਂ ਪਹਿਲਾਂ ਮਰਡਰ ਬਰਿੰਦਰ ਦਾ ਹੋਇਆ ਸੀ ਪੰਜਾਬੀ ਫਿਲਮ ਇੰਡਸਟਰੀ ਦੇ, ਉਸ ਤੋਂ ਬਾਅਦ ਅਮਰ ਸਿੰਘ ਚਮਕੀਲਾ ਵੀ ਮਾਰਿਆ ਗਿਆ, ਹੋਰ ਵੀ ਕਿੰਨੇ ਜਿਹੜੇ ਸਿੰਗਰ ਮਾਰੇ ਗਏ, ਉਹ ਨਿੱਜੀ ਰੰਜਿਸ਼ਾਂ ਦੇ ਮਾਮਲੇ 'ਚ ਜੋ ਰੰਗਤ ਜਿਹੜੀ ਮਰਜ਼ੀ ਦਿੱਤੀ ਹੋਵੇ ਜਾਂ ਜਿਹੜੀ ਮਰਜ਼ੀ ਦੇ ਲਓ, ਮਤਲਬ ਜਦੋਂ ਤੁਸੀਂ ਕਿਸੇ ਕੋਈ ਬੰਦੇ ਦੇ ਸਟਾਰ ਓਪਨ ਹੁੰਦੇ ਆ ਖੁੱਲ੍ਹਦੇ ਆ, ਉਹ ਕਈ ਉਹਨਾਂ ਸਟਾਰਾਂ ਨੂੰ ਲਾਈਕ ਨਹੀਂ ਕਰਦੇ, ਡਿਸਲਾਈਕ ਕਰਦੇ ਆ, ਉਹਨੂੰ ਖਤਰਾ ਵੀ ਬਣਿਆ ਰਹਿੰਦਾ, ਇਹੋ ਜਿਹੇ ਲੋਕਾਂ ਨੂੰ ਖਤਰਾ ਤਾਂ ਹੁੰਦਾ ਹੀ ਹੈ। ਇਹ ਗੱਲ ਮੰਨਣਯੋਗ ਗੱਲ ਹੈ ਵੀ ਬੇਸ਼ੱਕ ਇਹ ਜੋ ਮਰਜ਼ੀ ਪਰੋਸਣ, ਲੇਕਿਨ ਫੈਨ ਫੋਲੋਅਰ ਤਾਂ ਇਹਨਾਂ ਦੇ ਹੈਗੇ ਆ ਨਾ, ਅਤੇ ਜੇ ਫੈਨ ਫੋਲੋਅਰ ਦੇ ਇਹਦੇ ਵਿਰੋਧੀ ਵੀ ਹੋਣਗੇ ਅਤੇ ਇਹਨਾਂ ਦੀ ਇੰਡਸਟਰੀ ਦੇ ਨਾਲ ਸਿੰਗਰ ਕਲਾਕਾਰਾਂ ਤੋਂ ਵੀ ਇਹਨਾਂ ਨੂੰ ਖਤਰਾ ਹੋਊਗਾ, ਹਰ ਬੰਦੇ ਨੂੰ ਖਤਰਾ ਹੈ, ਹਰ ਬੰਦੇ ਨੂੰ ਖਤਰਾ ਹੈ। ਇੱਕ ਦੂਜੇ ਦੇ ਤੁਸੀਂ ਜਦੋਂ ਕੰਪੀਟੀਸ਼ਨ ਜਾਂਦੇ ਹੋ, ਕੰਪੀਟੀਸ਼ਨ ਦਾ ਯੁੱਗ ਹੈ, ਜਦੋਂ ਕੰਪੀਟੀਸ਼ਨ 'ਚ ਕਿਸੇ ਨੂੰ ਹਰਾਉਣ ਦਾ ਯਤਨ ਕਰਦੇ ਹਾਂ ਦੂਜੇ ਤੋਂ, ਤੁਹਾਨੂੰ ਖਤਰਾ ਬਣਿਆ ਰਹੂਗਾ। ਆਹੀ ਹਾਲ ਹੈ ਸਿੰਗਰਾਂ ਦਾ, ਅਤੇ ਸਿੰਗਰਾਂ ਨਾਲ ਵੀ ਆਹੀ ਕੁਛ ਹੋਰ ਹੈ। ਅਤੇ ਜੇ ਸਿੰਗਰ ਨੇ ਕਿਸੇ ਮੰਨ ਲਓ ਕਹਿ ਵੀ ਦਿੱਤਾ ਕਿ ਵੀਡੀਓ ਨਾ ਬਣਾ, ਅਤੇ ਉੱਥੇ ਜਾ ਕੇ ਇੱਦਾਂ ਸਿਰ ਪਾੜ ਦੇਣਾ ਜਾਂ ਲਹੂ ਲੁਹਾਣ ਕਰਦਾ, ਇਹ ਵੀ ਕਿਤੇ ਵਿਵਸਥਾ ਦੀ ਗੱਲ ਨਹੀਂ ਗੀ, ਇਹ ਵੀ ਤਾਂ ਜਾਂ ਕਿਸੇ ਨੂੰ ਕੋਈ ਲਾ ਲਓ ਵੀ ਉਹਨਾਂ ਸਿਸਟਮ ਉਹਨੂੰ ਪਸੰਦ ਨਹੀਂ ਆਉਂਦਾ, ਉਹਦੀ ਸ਼ੋਹਰਤ ਪਸੰਦ ਨਹੀਂ ਆਉਂਦੀ, ਜਿਹੜੇ ਗਾਣੇ ਪਸੰਦ, ਉਹਦਾ ਬਾਈਕਾਟ ਕਰ ਦਿਓ, ਉਹਦੀ ਸ਼ੈਲੀ ਪਸੰਦ ਨਹੀਂ, ਉਹਦਾ ਬਾਈਕਾਟ ਕਰ ਦਿਓ, ਮੁੜ ਕੇ ਦੇਖੋ ਹੀ ਨਾ, ਆਪਣੇ ਦੋਸਤਾਂ ਨੂੰ ਆਖੋ ਵੀ ਇਹਨੂੰ ਇਹਦਾ ਸੋਸ਼ਲ ਕਰੋ, ਜਿਹੜਾ ਕੋਈ ਤੁਹਾਡੇ ਕਲਚਰ ਨੂੰ ਹਰਟ ਕਰਦਾ, ਕਲਚਰ 'ਤੇ ਚੋਟ ਮਾਰਦਾ, ਤੁਹਾਡੇ ਧਰਮ 'ਤੇ ਚੋਟ ਮਾਰਦਾ, ਇਸੇ ਸਿੰਗਰਾਂ ਦਾ ਸੋਸ਼ਲ ਬਾਈਕਾਟ ਕਰਨਾ ਚਾਹੀਦਾ, ਨਾ ਕਿ ਅਟੈਕ ਕਰਨਾ। ਕਿਸੇ 'ਤੇ ਹਮਲਾ ਕਰਨਾ ਤਾਂ ਕੋਈ ਸਮੱਸਿਆ ਦਾ ਹੱਲ ਨਹੀਂ ਗਾ, ਕਿਸੇ ਦੀ ਜਾਨ ਲੈਣਾ ਕਿਸੇ ਸਮੱਸਿਆ ਦਾ ਹੱਲ ਨਹੀਂ ਗਾ, ਲੇਕਿਨ ਇਹਨਾਂ ਕਲਾਕਾਰਾਂ ਨੂੰ ਵੀ ਸੁਧਰ ਜਾਣਾ ਚਾਹੀਦਾ, ਸਮਾਜ ਆਗਿਆ ਨਹੀਂ ਦਿੰਦਾ ਜੋ ਕੁਛ ਇਹ ਬੋਲ ਰਹੇ ਹੈ, ਜੋ ਕੁਛ ਇਹ ਵਿਵਹਾਰ ਕਰ ਰਹੇ ਹੈ ਸਾਡੇ ਸਮਾਜ ਨਾਲ, ਉਹ ਲੋਕ ਨਹੀਂ ਪਸੰਦ ਕਰਦੇ, ਕੁਝ ਜਿਹੜੇ ਪਸੰਦ ਕਰਦੇ ਉਹ ਤੁਹਾਡੇ ਚੰਗੇ ਹੋਣਗੇ, ਬੜੇ ਜ਼ਿਆਦਾ ਲੋਕ ਜਿਹੜੇ ਤੁਹਾਨੂੰ ਹਰਟ ਵੀ ਕਰਦੇ ਹੋਣਗੇ, ਬਿਲਕੁਲ ਨਾ ਪਸੰਦ ਵੀ ਕਰਦੇ ਹੋਣਗੇ। ਬਿਲਕੁਲ, ਬੜੀ ਵਧੀਆ ਗੱਲ ਇਹਨਾਂ ਨੇ ਕਹੀ ਹੈ ਕਿ ਬਾਈਕਾਟ ਕਰਨਾ ਚਾਹੀਦਾ ਨਾ ਕਿ ਹਮਲੇ ਕਰਨੇ ਚਾਹੀਦੇ, ਬੜੀ ਇੰਪੋਰਟੈਂਟ ਗੱਲ ਹੈ। ਸੋ ਅਕਰੀ ਸਾਹਿਬ ਤੁਹਾਡਾ ਬਹੁਤ ਧੰਨਵਾਦ ਅੱਜ ਜਿਹੜਾ ਤੁਸੀਂ ਫਿਰ ਆਪਣਾ ਕੀਮਤੀ ਸਮੇਂ ਦਿੱਤਾ, ਥੈਂਕ ਯੂ ਵੈਰੀ ਮੱਚ। ਧੰਨਵਾਦ। ਸੋ ਅੱਜ ਅਸੀਂ ਗੱਲ ਕਰ ਰਹੇ ਸੀਗੇ ਇਹਨਾਂ ਪੰਜਾਬੀ ਸਿੰਗਰਾਂ ਨੂੰ ਲੈ ਕੇ, ਅਜਿਹੇ ਸਿੰਗਰ ਜਿਨ੍ਹਾਂ ਨਾਲ ਵਿਦੇਸ਼ੀ ਜਿਹੜੇ ਹਮਲੇ ਹੋ ਰਹੇ ਹਨ ਜਾਂ ਅਸੀਂ ਕਿ ਘਟਨਾਵਾਂ ਵਾਪਰ ਰਹੀਆਂ ਨੇ, ਚਾਹੇ ਉਹਨਾਂ ਨੂੰ ਟੀਚ ਕੀਤਾ ਜਾਂਦਾ, ਚਾਹੇ ਉਹਨਾਂ ਨੂੰ ਜਿਹੜਾ ਮਿਸਬਿਹੇਵ ਕੀਤਾ ਜਾਂਦਾ, ਚਾਹੇ ਉਹਨਾਂ ਦੇ ਉੱਤੇ ਹਮਲਾ ਕੀਤਾ ਜਾਂਦਾ, ਪਰ ਹੱਲ ਨਹੀਂ ਹੈ ਇਹ। ਹੱਲ ਇਹ ਹੈਗਾ ਜੇ ਤੁਹਾਨੂੰ ਉਹਨਾਂ ਦੀ ਸ਼ੈਲੀ, ਉਹਨਾਂ ਦੇ ਗਾਣੇ ਜਾਂ ਉਹਨਾਂ ਨੂੰ ਨਹੀਂ ਪਸੰਦ ਆਉਂਦੇ ਤਾਂ ਬਾਈਕਾਟ ਕਰੋ, ਨਾ ਜਾਓ ਐਸੀ ਜਗ੍ਹਾ 'ਤੇ। ਪਰ ਇਹ ਸਿੰਗਰਾਂ ਦੇ ਵੀ ਕਿਤੇ ਨਾ ਕਿਤੇ ਕਸੂਰ ਆ, ਕਿਉਂਕਿ ਆਪਣੇ ਹਥਿਆਰਾਂ ਨੂੰ ਪ੍ਰਮੋਟ ਕਰਦੇ, ਆਪਣੇ ਗਾਣਿਆਂ 'ਚ ਨਸ਼ੇ ਨੂੰ ਪ੍ਰਮੋਟ ਕਰਦੇ, ਗੈਂਗ ਨੂੰ ਪ੍ਰਮੋਟ ਕਰਦੇ ਨੇ, ਫਿਰ ਉੱਦਾਂ ਹੀ ਜਿਹੜਾ ਸਾਡੇ ਯੰਗਸਟਰ ਨੇ, ਖਾਸ ਕਰਕੇ 18 ਸਾਲ ਦੀ ਉਮਰ ਤੋਂ ਲੈ ਕੇ 25 ਸਾਲ ਦੀ ਉਮਰ ਦੇ ਜਿਹੜੇ ਜ਼ਿਆਦਾ ਯੰਗਸਟਰ ਨੇ, ਉਹ ਇਹਨਾਂ ਨੂੰ ਫੋਲੋ ਕਰਦੇ ਨੇ, ਫਿਰ ਜਦ ਵੀ ਉਹਨਾਂ ਦੇ ਆਪਣਾ ਚਾਹੇ ਆਪ ਉਹ ਜਿਹੜਾ ਉਹ ਸਿੰਗਰ ਆ ਜਿਹਨੂੰ ਉਹ ਲਵਿੰਗ ਸਮਝਦੇ ਨੇ, ਉਹ ਉਹਨਾਂ ਨੂੰ ਕੋਈ ਸੱਟ ਪਾਉਂਦਾ ਜਾਂ ਫਿਰ ਉਹਨਾਂ ਦਾ ਕਲੈਸ਼ ਹੁੰਦਾ, ਤਾਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਨੇ, ਮਿਸਬਿਹੇਵ ਹੁੰਦਾ, ਲੜਾਈ ਝਗੜੇ ਹੁੰਦੇ ਆ, ਕਈ ਵਾਰ ਛੋਟੀ ਜਿਹੀ ਗੱਲ ਇੱਕ ਫੋਟੋ ਖਿਚਾਉਣ ਪਿੱਛੇ ਵੀ ਲੜਾਈ ਝਗੜੇ ਹੋ ਜਾਂਦੇ ਨੇ। ਸੋ ਸਾਨੂੰ ਆਪ ਧਿਆਨ ਮਾਰਨਾ ਪਊਗਾ, ਸਾਨੂੰ ਹੱਲ ਆਪ ਲੱਭਣਾ ਪਊਗਾ ਵੀ ਤਾਂ ਜੋ ਅਜਿਹੇ ਸਿੰਗਰ ਅੱਗੇ ਪ੍ਰਮੋਟ ਹੋਣ ਜਿਹੜੇ ਸੱਭਿਅਕ ਗਾਉਣ ਅਤੇ ਸਾਰੇ ਜਿਹੜੇ ਪਰਿਵਾਰ ਬੈਠ ਕੇ ਉਹਨੂੰ ਸੁਣ ਸਕੇ, ਨਾ ਕਿ ਜਿਹੜੇ ਸਾਡੇ ਬੱਚਿਆਂ ਨੂੰ ਗਲਤ ਰਾਹੀ ਤੋਰਨ। ਸੋ ਉਮੀਦ ਕਰਦੇ ਹਾਂ ਕਿ ਅੱਜ ਮੁੱਦੇ ਦੀ ਗੱਲ ਦਾ ਜਿਹੜਾ ਟੌਪਿਕ ਸੀ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸੇ ਤਰ੍ਹਾਂ ਮਿਲਾਂਗੇ ਫਿਰ ਇੱਕ ਨਵੇਂ ਟੌਪਿਕ ਦੇ ਨਾਲ। ਤੁਸੀਂ ਜੇ ਚਾਹੁੰਦੇ ਅਸੀਂ ਤੁਹਾਡੇ ਦਿੱਤਾ ਕੋਈ ਟੌਪਿਕ ਡਿਸਕਸ ਕਰੀਏ, ਉਸ 'ਤੇ ਚਾਨਣਾ ਪਾਈਏ, ਤਾਂ ਪਲੀਜ਼ ਆਪਣੇ